ਧਰਮਪ੍ਰੀਤੀ ਵਾਈਫ ਦੀ ਸਾਡੇ ਨਾਲ ਬਿਲਕੁਲ ਨਹੀਂ ਬਣੀ ਇੱਕ ਦਿਨ ਵੀ ਜਾਨੀ ਕਿ ਵੀ ਹੱਸ ਖੇੜ ਕੇ ਸੀ ਬੈਠੇ ਨਹੀਂ ਪਤਾ ਨਹੀਂ ਕਹੇ ਜੀ ਕਰਮਾਂ ਚ ਰੱਖੀ ਵੀ ਸੀ ਜੋ ਜਾਂਦੀ ਆ ਆਪਦੀ ਮਾਂ ਨੂੰ ਖਾ ਗਈ ਜਦੋਂ ਜਨਮੀ ਸੀ ਉਹ ਉਹਦੀ ਮਾਂ ਦੀ ਡੈਥ ਹੋ ਗਈ ਸੀ ਅਸੀਂ ਤਾਂ ਉਹ ਜੀ ਔਰਤ ਨੂੰ ਚੰਗੇ ਨਹੀਂ ਸਮਝਦੇ ਜਿਹਨੇ ਆਪਦਾ ਇਹ ਜਾ ਸੋਨੇ ਯਾਰ ਦਾ ਘਰ ਵਾਲਾ ਥੋੜੀ ਜਿਹੀ ਲੜਾਈ ਦੇ ਕਾਰਨ ਉਹਨੇ ਰੱਸੀ ਨੂੰ ਇਨਾ ਖਿੱਚੀ ਗਈ ਖਿੱਚੀ ਗਈ ਗੱਲ ਨੂੰ ਕਿ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਪੈਸੇ ਦੀ ਖਾਤਰ ਉਹਨਾਂ ਨੇ ਵਿਆਹ ਕਰਾਇਆ ਸਾਰਾ ਕੁਝ ਲੁੱਟ-ਬੁੱਟ ਕੇ ਸਾਡੀ ਮਾਤਾ ਦਾ ਹੀ ਖਿਆਲ ਨਹੀਂ ਰੱਖਿਆ ਅਸੀਂ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਨਾ ਹੀ ਅਸੀਂ ਉਹਨਾਂ ਨਾਲ ਕੁਝ ਸਲੀਕਾ ਰੱਖਣਾ ਚਾਹੁੰਦੇ ਸਗਿਆ ਜੋ ਬੀਮੇ ਦੇ ਪੈਸੇ ਮਿਲੇ ਜੋ ਸਾਰਾ ਕੁਝ ਉਹਨਾਂ ਨੇ ਹੜੱਪ ਲੈਣਾ ਠੀਕ ਆ ਵਾਲੀਆਂ ਤੁਸੀਂ ਜਾ ਕੇ ਪੁੱਛ ਲਵੋ ਕਿਸੇ ਤੋਂ ਵੀ ਠੀਕ ਆ ਜੋ ਦਾ ਸਹੁਰਾ ਪਰਿਵਾਰ ਆ ਉਹ ਪਹਿਲਾਂ ਉਹਨਾਂ ਦੇ ਕੀ ਹਾਲਾਤ ਸੀ ਅੱਜ ਉਹਨਾਂ ਦੇ ਕੀ ਹਾਲਾਤ ਆ ਭਾਬੀ ਜੀ ਕਹੀ ਗਏ ਤੂੰ ਗਲਤੀ ਕੀਤੀ ਆ ਮੇਰੀ ਬੇਇੱਜ਼ਤੀ ਕੀਤੀ ਆ ਮੇਰੇ ਪਰਿਵਾਰ ਨੂੰ ਐ ਬੋਲੇ ਆ ਤੁਸੀਂ ਗਲਤੀ ਮੰਨੋ ਉਹਨਾਂ ਨੇ ਜਦੋਂ ਗਲਤੀ ਵੀ ਮੰਨੀ ਉਹਦੀ ਵੀਡੀਓ ਬਣਾ ਕੇ ਉਹਨਾਂ ਨੇ ਇਸ ਤਰ੍ਹਾਂ ਕਹਿ ਦਿੱਤਾ ਵੀ ਸੋਸ਼ਲ ਮੀਡੀਆ ਦੇ ਉੱਤੇ ਤੇਰੀ ਵੀਡੀਓ ਪਾਵਾਂਗੇ ਤੂੰ ਜੋ ਰਾਤ ਕਾਰਨਾਮੇ ਕੀਤੇ ਆ ਉਹਨਾਂ ਨੇ ਇੰਨੀ ਜਾਨੀ ਕਿ ਸ਼ਰਮਿੰਦਗੀ ਮੰਨੀ ਵੀ ਮੈਂ ਏਡਾ ਵੱਡਾ ਸਿੰਗਰ ਆ ਬਾਹਰ ਗੱਲ ਲੀ ਗੋਟੂ ਤਾਂ ਪਤਾ ਨਹੀਂ ਕੀ ਹੋਊਗਾ ਉਹ ਅੰਦਰ ਹੀ ਅੰਦਰ ਘੁੱਟਣ ਮਹਿਸੂਸ ਕਰਨ ਲੱਗੇ ਤੇ ਰੋਂਦਾ ਹੀ ਰਹਿੰਦਾ ਸੀ ਪੁੱਤ ਵਿਆਹ ਹੋਏ ਤੋਂ ਬਾਅਦ ਪੂਰਾ ਮਹੀਨਾ ਸਾਰਾ ਰੋਇਆ ਜਿਹੜਾ ਮਹੀਨਾ ਨਾਂ ਕਿਹਾ ਨਾ ਬਸ ਪਰੇਸ਼ਾਨ ਜਾ ਸੀਗਾ ਸਾਨੂੰ ਖੁੱਲ ਕੇ ਗੱਲ ਨਹੀਂ ਦੱਸੀ ਕਹਿੰਦਾ ਸਾਡੇ ਦਾ ਵਿਆਹ ਹੋਇਆ ਸਾਨੂੰ ਤੜਕੇ ਉੱਠ ਕੇ ਕੋਣ ਕਹਤਾ ਹੋ ਭੈਣ ਪ੍ਰਧਾਨ ਸਾਡੇ ਨੂੰ ਅਗਲਾ ਗਾਲ ਕੱਢ ਹੀ ਦਿੰਦਾ ਕੱਢ ਤੀ ਉਹਨੇ ਗੁੱਸੇ ਜਾ ਕੇ ਉਹਦੇ ਮੁੰਡੇ ਨੇ ਵੀੜੂ ਕੋਈ ਬਣਾਈ ਕਹਿੰਦੀ ਮਾਸੀ ਆਰੇ ਮੇਰੇ ਮੁੰਡੇ ਨੇ ਵੀੜੂ ਕੋ ਬਣਾਈ ਮੈਨੂੰ ਗਾਲ ਕੱਢੀ ਤੇ ਇਹਦੇ ਬੱਚੇ ਬਾਰੇ ਅਸੀਂ ਕਹਿ ਰਹੇ ਸੀ ਉਹਨਾਂ ਦੀ ਮਾਤਾ ਹੀ ਸਾਨੂੰ ਮਿਲਣ ਨਹੀਂ ਦਿੰਦੀ ਨਾ ਹੀ ਬੱਚਾ ਸਾਡੇ ਨਾਲ ਕੋਈ ਜਾਨੀ ਕਿ ਮੋਹ ਵਾਲੀ ਗੱਲ ਰੱਖਦਾ ਚਾਰ ਪ੍ਰੋਗਰਾਮ ਬੁੱਕ ਸੀ ਉਹ ਕੈਨਸਲ ਕੀਤੇ ਉਹਨਾਂ ਨੇ ਲਾਇ ਹੀ ਨਹੀਂ ਵੀ ਜਰੂਰ ਉਹਦੀ ਮੌਤ ਹੋ ਗਈ ਅਸੀਂ ਜੋ ਜਿਹੜਾ ਲੋਕ ਕਹਿੰਦੇ ਉਹਨੂੰ ਖਾੜੇ ਨਹੀਂ ਸੀ ਪਰ ਇਹ ਸਭ ਝੂਠ ਮਾਰਦੇ ਆ ਇਹ ਜਿਵੇਂ ਜਿੰਨੀਆਂ ਮੂਹੰਨੇ ਗੱਲਾਂ ਜਿਸ ਘਰ ਵਿੱਚ ਵਿਆਹ ਕੇ ਆਈ ਸੀ ਧਰਮ ਧਰਮਪ੍ਰੀਤ ਦੀ ਧਰਮ ਪਤਨੀ ਉਸ ਘਰ ਤੋਂ ਕਿਉਂ ਟੁੱਟ ਗਈ ਇਹ ਤਾਂ ਵੀ ਰੱਬ ਹੀ ਜਾਣਦਾ ਪਤਾ ਇਸ ਗੱਲ ਦਾ ਸਾਨੂੰ ਪਤਾ ਵੀ ਕਿਹਦੀਆਂ ਉਂਗਲਾਂ ਤੇ ਚੜ ਗਈ ਉਹ ਸਸੀ ਗੱਲ ਜੀ ਹਮਦਰਦ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਲਦੀਪ ਘੋਲੀਆ ਦਰਸ਼ਕੋ ਅੱਜ ਅਸੀਂ ਮੋਗਾ ਛਲੇ ਤੇ ਪਿੰਡ ਬਲਾਸਪੁਰ ਚ ਪਹੁੰਚੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਿੰਡ ਬਲਾਸਪੁਰ ਹੈ ਇਸ ਬਲਾਸਪੁਰ ਪੈਂਡ ਦੇ ਵਿੱਚ ਬਹੁਤ ਸਾਰੇ ਸਿਆਸੀ ਲੀਡਰ ਹੋਏ ਨੇ ਇੱਥੋਂ ਦੇ ਐਮ.ਐਲ.ਏ. ਮਨਜੀਤ ਸਿੰਘ ਬਲਾਸਪੁਰ ਹੁਣ ਜੋ ਮੌਜੂਦਾ ਵਿਧਾਇਕ ਨੇ ਇੱਥੋਂ ਦੇ ਅਜੈਬ ਸਿੰਘ ਪੱਟੀ ਹੋਏ ਨੇ ਜੋ ਕਿ ਡੈਪਟੀ ਸਪੀਕਰ ਨੇ ਵਿਧਾਨ ਸਭਾ ਦੇ ਉਹ ਵੀ ਇਸ ਪੈਂਡ ਦੇ ਨੇ ਇਸ ਪੈਂਡ ਦੇ ਅਜੀਤ ਸਿੰਘ ਸ਼ਾਂਤ ਹੋਏ ਨੇ ਇਸੋਂ ਇਸੇ ਪੈਂਡ ਤੋਂ ਗੁਰਦੇਵ ਸਿੰਘ ਸ਼ਾਂਤ ਹੋਏ ਨੇ ਔਰ ਪਟਿਆਲੇ ਤੋਂ ਐਮ.ਪੀ. ਰਹੇ ਮੈਂਬਰ ਪਾਰਲੀਮੈਂਟ ਰਹੇ ਡਾਕਟਰ ਧਰਮਵੀਰ ਗਾਂਧੀ ਵੀ ਇਸੇ ਪੈਂਡ ਤੋਂ ਜਾਣੇ ਜਾਂਦੇ ਨੇ ਕਿਉਂਕਿ ਲੰਮਾ ਸਮਾਂ ਉਹ ਇਸ ਪੈਂਡ ਦੇ ਵਿੱਚ ਡਿਊਟੀ ਕਰਕੇ ਗਏ ਆ ਲੰਮਾ ਸਮਾਂ ਇਸ ਪੈਂਡ ਦੇ ਵਿੱਚ ਉਹ ਡਾਕਟਰ ਰਹੇ ਆ ਬਤੌਰ ਡਾਕਟਰ ਇੱਥੇ ਡਿਊਟੀ ਕਰਦੇ ਰਹੇ ਆ ਇਸ ਕਰਕੇ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਬਲਾਸਪੁਰ ਪੈਂਡ ਦਾ ਕਰਕੇ ਨਾਮ ਜਾਣਿਆ ਜਾਂਦਾ ਹੈ ਔਰ ਇਸ ਪੈਂਡ ਤੇ ਕਈ ਨਾਮਵਰ ਕਲਾਕਾਰ ਹੋਏ ਨੇ ਇਸ ਪੈਂਡ ਦੇ ਬਹੁਤ ਸਾਰੇ ਗੀਤਕਾਰ ਹੋਏ ਨੇ ਹਾਂ ਜਿਹੜੇ ਹੁਣ ਗੀਤ ਲਿਖ ਰਹੇ ਨੇ ਬਹੁਤ ਸੋਹਣੇ ਗੀਤ ਲਿਖ ਰਿਹਾ ਹੈ ਅਮਨ ਬਲਾਸਪਰੀ ਉਸ ਉਹ ਵੀ ਇਸ ਪਿੰਡ ਦਾ ਔਰ ਇਸ ਪਿੰਡ ਦਾ ਕਲਾਕਾਰ ਹੋਇਆ ਧਰਮਪ੍ਰੀਤ ਜੋ ਕਿ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਿਆ ਸੀ ਪਿਛਲੇ ਸਮੇਂ ਦੌਰਾਨ ਖੁਦਕੁਸ਼ੀ ਕਰ ਗਿਆ ਸੀ ਅੱਜ ਉਸ ਦੇ ਪਰਿਵਾਰ ਨੂੰ ਮਿਲਣ ਆਇਆ ਉਸ ਦਾ ਪਰਿਵਾਰ ਕਿਸ ਤਰ੍ਹਾਂ ਜ਼ਿੰਦਗੀ ਬਸਰ ਕਰ ਰਿਹਾ ਉਸ ਦੇ ਭਰਾ ਨੇ ਉਸ ਦੀ ਮਾਤਾ ਉਸ ਦਾ ਪਰਿਵਾਰ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਿਹਾ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ ਉਸ ਦੇ ਪਰਿਵਾਰ ਨੂੰ ਤੁਹਾਨੂੰ ਮਿਲੌਣ ਜਾ ਰਹੇ ਹਾਂ ਆਓ ਚੱਲਦੇ ਹਾਂ ਉਸ ਦੇ ਪਰਿਵਾਰ ਕੋਲੇ ਔਰ ਕਰਦੇ ਹਾਂ ਉਸ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਦਰਸ਼ਕੋ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਮੋਗਾ ਜ਼ਿਲ੍ਹੇ ਦੇ ਪਿੰਡ ਬਲਾਸਪੁਰ ਚ ਪਹੁੰਚੇ ਹਾਂ ਇੱਥੇ ਬਹੁਤ ਸਾਰੇ ਗੀਤਕਾਰ ਹੋਏ ਆ ਬਹੁਤ ਸਾਰੇ ਸਿਆਸੀ ਲੀਡਰ ਹੋਏ ਆ ਇੱਥੋਂ ਦੇ ਪੰਜਾਬੀ ਲੋਕ ਗਾਇਕ ਧਰਮਪ੍ਰੀਤ ਹੋਏ ਆ ਧਰਮਪ੍ਰੀਤ ਨੇ ਬਹੁਤ ਸਾਰੇ ਗੀਤ ਗਾਏ ਆ ਪੰਜਾਬੀਆਂ ਦੀ ਪਹਿਲੀ ਪਸੰਦ ਸੀ ਧਰਮਪ੍ਰੀਤ ਜੋ ਕਿ ਦੇਸ਼ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਜਾਣਿਆ ਜਾਂਦਾ ਸੀ ਪਿਛਲੇ ਸਮੇਂ ਦੌਰਾਨ ਧਰਮਪ੍ਰੀਤ ਦੀ ਮੌਤ ਹੋ ਗਈ ਸੀ ਅਸੀਂ ਧਰਮਪ੍ਰੀਤ ਦੇ ਘਰ ਪਹੁੰਚੇ ਹਾਂ ਪਰਿਵਾਰ ਦੇ ਕੀ ਹਾਲਾਤ ਨੇ ਮਾਤਾ ਜੀ ਸਾਡੇ ਨਾਲ ਨੇ ਪਰਿਵਾਰ ਕਿਸ ਤਰ੍ਹਾਂ ਗੁਜ਼ਾਰਾ ਕਰਦਾ ਹੈ ਔਰ ਸਾਰੀ ਗੱਲਬਾਤ ਕਰਾਂਗੇ ਪਰਿਵਾਰ ਵਿੱਚ ਕਿਸ ਤਰ੍ਹਾਂ ਵਿਛੜਦਾ ਸੀ ਧਰਮਪ੍ਰੀਤ ਪਹਿਲਾਂ ਉਹਦਾ ਬਚਪਨ ਕਿਸ ਤਰ੍ਹਾਂ ਜਿਹੜਾ ਬੀਤਿਆ ਸੀ ਉਹ ਕਿਹੜੇ ਸਕੂਲ ਚ ਪੜਿਆ ਔਰ ਕਿਹੜੇ-ਕਿਹੜੇ ਉਹਦੇ ਯਾਰ ਮਿੱਤਰ ਸੀ ਕਿਸ ਤਰ੍ਹਾਂ ਦੀਆਂ ਉਹਦੀਆਂ ਜਿਹੜੀਆਂ ਬਚਪਨ ਦੀਆਂ ਆਦਤਾਂ ਮੰਨ ਲਓ ਜਾਂ ਖੇਡਾਂ ਕਿਹੜੀਆਂ ਖੇਡਾਂ ਖੇਡਦਾ ਸੀ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਬਲਬੀਰ ਕੌਰ ਸਾਡੇ ਨਾਲ ਨੇ ਮਾਤਾ ਜੀ ਸਭ ਤੋਂ ਪਹਿਲਾਂ ਹਮਦਰ ਦੇ ਟੀਵੀ ਤੇ ਤੁਹਾਡਾ ਸਵਾਗਤ ਸასი ਕਰਪਾ ਬੱਧੀਗਾ ਮਾਤਾ ਜੀ ਧੰਨਵਾਦ ਮਾਤਾ ਜੀ ਧਰਮਪ੍ਰੀਤ ਦਾ ਜਨਮ ਕਦੋਂ ਹੋਇਆ ਸੀ ਚੌਰਾ ਚੇਤ ਨੂੰ ਹੋਇਆ ਸੀ ਪਤਾ ਜੀ ਬਲਾਸਫਰ ਦੇ ਵਿੱਚ ਹੂੰ ਵਧਿਕਾ ਆਸਵਾਸੀ ਵਧਿਕਾ ਨਿੱਕਾ ਹੁੰਦੇ ਨੂੰ ਗਾਉਣ ਦਾ ਸ਼ੌਂਕ ਸੀਗਾ ਠੀਕ ਹੈ ਨਾਲ ਭੈਣਾ ਭਰਾਵਾਂ ਦੇ ਸੰਯੋਗ ਨਾਲ ਗਾਉਣ ਲੱਗਿਆ ਨਿੱਕੇ ਹੁੰਦੇ ਦੁੱਧ ਪੌਣ ਕਿੰਨੀ ਉਮਰ ਚ ਗਾਉਣ ਲੱਗ ਗਿਆ ਸੀ ਧਰਮਪ੍ਰੀਤ ਜੀ ਲੱਗ ਗਿਆ ਸੀ ਛੋਟੇ ਨੂੰ ਸ਼ੌਂਕ ਸੀ ਗਾਉਣ ਤਾਂ ਫਿਰ 10ਵੀਂ ਤੋਂ ਬਾਅਦ ਲੱਗਿਆ ਜੀ ਹਾਂਜੀ ਕਿੰਨੇ ਭੈਣ ਭਾਈ ਆ ਜਿਹੜੇ ਤੁਹਾਡੇ ਕਿੰਨੇ ਬੇਟੇ ਆ ਕਿੰਨੀਆਂ ਬੇਟੀਆਂ ਤੁਹਾਡੇ ਧਰਮਪ੍ਰੀਤ ਦੇ ਹੁਣ ਭੈਣ ਭਾਈ ਕਿੰਨੇ ਸੀ ਇੱਕ ਬੇਟੀ ਆ ਤੇ ਤਿੰਨ ਭਰਾ ਸੀ ਇਹ ਆ ਖੜਿਆ ਜੀ ਤੇ ਕਿਹੜੀ ਕਲਾਸ ਤੱਕ ਜਿਹੜਾ ਧਰਮਪ੍ਰੀਤ ਪੜਿਆ ਸੀਗਾ ਜੀ 10ਵੀਂ ਪਾਸ ਹੈ ਹਾਂਜੀ 10ਵੀਂ ਤੋਂ ਬਾਅਦ ਫਿਰ ਗਾਉਣਾ ਸ਼ੁਰੂ ਕਰਤਾ ਸੀ ਹਾਂਜੀ ਹਾਂ ਗਾਉਣਾ ਸ਼ੁਰੂ ਕਰਤਾ ਮੈਂ ਆਖਿਆ ਵੀ ਵੀ ਗਾਂ ਪੁੱਤ ਹੋਰ ਪੜ ਲਾ ਕਹਿੰਦਾ ਫਿਰ ਕਿਹੜਾ ਮੈਂ ਬੀਬੀ ਸੂਏ ਬਣਨਾ ਵੀ ਗਾਉਣਾ ਹੀ ਆ ਗਾਉਣ ਦਾ ਕੰਮ ਹੀ ਕਰਨਾ 10ਵੀਂ ਪਾਸ ਕਰਕੇ ਬਸ ਗਾਉਣਾ ਸ਼ੁਰੂ ਹੋ ਗਿਆ ਸੀ ਹਾਂ ਗਾਇਕੀ ਦਾ ਫਿਰ ਸ਼ੌਂਕ ਕਿੱਦਾਂ ਮਾਤਾ ਜੀ ਗੱਲ ਕਰੀਏ ਗਾਇਕੀ ਦਾ ਸ਼ੌਂਕ ਕਿੱਦਾਂ ਧਰਪ੍ਰੀਤ ਰੂਪਿਆ ਪਹਿਲਾਂ ਪਰਿਵਾਰ ਦੇ ਵਿੱਚ ਜਾਂ ਕੋਈ ਰਿਸ਼ਤੇਦਾਰੀ ਦੇ ਵਿੱਚ ਪਹਿਲਾਂ ਕੋਈ ਗਾਉਂਦਾ ਸੀ ਹਾਂ ਇਹਦਾ ਪਾਪਾ ਗਾਉਂਦਾ ਸੀ ਉਹਨੂੰ ਪਾਪਾ ਹੀ ਕਹਿੰਦੇ ਸੀ ਯਾਨੀ ਤਾਇਆ ਜੀ ਸੀ ਤੇ ਉਹਨੇ ਜੇ ਕੋਈ ਆਉਣਾ ਮਿਲਣਾ ਆਉਣਾ ਕਿਸੇ ਨੇ ਤਾਂ ਨਾ ਕਹਣਾ ਧਰਮਪ੍ਰੀਤ ਤੂੰ ਗੀਤ ਸੁਣਾ ਧਰਮਿਆ ਕੋਈ ਸੰਗਦਾ ਰਹਿਣਾ ਫਿਰ ਸੁਣਾਣਾ ਫਿਰ ਉਹਨੇ ਕਿਸੇ ਨੇ 100 ਦੇਣਾ ਕਿਸੇ ਨੇ 50 ਦੇਣੇ ਚਾਹ ਚੜ ਜਾਣਾ ਬੀਬੀ ਲੈ ਮੈਂ ਤਾਂ ਗਾਇਆ ਸੁਣਾਇਆ ਪਾਪੇ ਕੋਲੇ ਉਹਨੇ ਮੇਰੀ ਭੈਣ ਨੂੰ ਕਹਣਾ ਨਸੀਬ ਕਰੇ ਇਹ ਤਾਂ ਧਰਮਾ ਆਪਣਾ ਗਾਉਣ ਲੱਗੂਗਾ ਆਵਾਜ਼ ਬਹੁਤ ਸੋਹਣੀ ਹੈ ਤੇ ਬਾਹਰ ਸੀਗਾ ਮੇਰਾ ਭਾਈਆ ਜੀ ਤੇ ਤੀਲਾ ਤੀਲਾ ਜੋੜ ਕੇ ਬਣਾਇਆ ਨਾ ਉੱਥੇ ਵੀ ਕਾਸਟ ਕਰਕੇ ਭੇਜੀ ਜਾਨੀ ਬਚਪਨ ਤੋਂ ਸ਼ੌਕ ਸੀ ਗਾਣੂ ਗਾਇਕੀ ਚ ਪੈਣਾ ਦਾ ਜੀ ਜੀ ਔਰ ਗੱਲ ਕਰੀਏ ਮਾਤਾ ਜੀ ਗੁਰੂ ਕਿਹਨੂੰ ਧਾਰਿਆ ਸੀ ਉਹਨਾਂ ਦੇ ਜਿਹੜੇ ਸੰਗੀਤ ਦੇ ਗੁਰੂ ਕੌਣ ਸੀ ਕੀ ਤੋਂ ਤਾਲੀਮ ਕੀ ਤੋਂ ਲੈਂਦੇ ਸੀ ਸਿੱਖਿਆ ਕੀ ਤੋਂ ਲੈਂਦੇ ਸੀ ਧਰਮ ਕੀ ਤੋਂ ਤਾਲੀਮ ਤਾਂ ਹੁਣ ਮੇਰਾ ਭਾਣ ਜਾਇਆ ਤੋਂ ਵੀ ਲੈਂਦਾ ਸੀ ਬਾਕੀ ਮੇਰਾ ਭਾਈ ਆ ਜੀ ਸੀ ਪਹਿਲਾ ਜੀਜਾ ਮੇਰਾ ਤੇ ਬਾਕੀ ਗੁਰੂ ਲਵੇ ਲਈ ਆ ਦਾ ਜਿੰਨੇ ਕਾਸਟਾਂ ਧਾਰਮਿਕ ਗਾਇਆਂ ਹੂੰ ਉਹ ਮੇਰੇ ਪਾਪਾ ਜੀ ਦੇਣ ਸੀ ਉਹਦੇ ਗੀਤ ਗਾਏ ਆ ਨੇ ਵੱਧ ਤੋਂ ਵੱਧ ਗੁਰਬਖਸ਼ ਸਿੰਘ ਅਲਵੈਲਾ ਦੀ ਗੱਲ ਕਰਦੇ ਹਾਂਜੀ ਹਾਂਜੀ ਨਾ ਤਾਰੂ ਕੀ ਕਹਾਂ ਤੇ ਪਾਪੇ ਨੇ ਪਾਇਆ ਗਿਆਨੀ ਗੁਰਦੇਵ ਸਿੰਘ ਕਮਲ ਹਾਂਜੀ ਉਹਨਾਂ ਦਾ ਗੁਰਬਖਸ਼ ਸਿੰਘ ਅਲਵੈਲਾ ਉਹਨਾਂ ਨਾਲ ਵੀ ਗਾਉਂਦੇ ਰਹੇ ਪਹਿਲਾਂ ਹਾਂਜੀ ਉਹਨਾਂ ਤੋਂ ਸਿੱਖਿਆ ਗੁਰੂ ਜੀ ਉਹੋ ਆ ਹਾਂ ਉਹਨਾਂ ਦੇ ਪਹਿਲੀ ਕਾਟ ਖਤਰਾ ਸੋਨਾਂ ਨੂੰ ਉਹਨਾਂ ਨੇ ਕਾਟ ਕਰਾਈ ਸੀ ਮੁੜ ਕੇ ਦਲਾ ਦੱਬ ਵਾਲੀ ਪਿੰਦਰ ਨੇ ਸੰਯੋਗ ਦਿੱਤਾ ਵੱਧ ਤੋਂ ਵੱਧ ਇਹ ਬਚਪਨ ਦੀ ਗੱਲ ਕਰੀਏ ਬਚਪਨ ਦੇ ਵਿੱਚ ਧਰਮਪ੍ਰੀਤ ਕਿਸ ਤਰ੍ਹਾਂ ਦੇ ਗੀਤ ਗਾਉਂਦਾ ਹੁੰਦਾ ਸੀ ਕਿਹੜੇ ਕਲਾਕਾਰ ਨੂੰ ਸੁਣਦਾ ਹੁੰਦਾ ਸੀ ਸਭ ਤੋਂ ਵੱਧ ਕਿਹੜਾ ਗੀਤ ਜਿਹੜਾ ਘਰੇ ਗੁਣ ਗੁਣਾਉਂਦਾ ਹੁੰਦਾ ਸੀ ਵੱਧ ਤੋਂ ਵੱਧ ਉਹ ਦੁਰਗਨ ਗੀਲੇ ਨੂੰ ਤੇ ਆਹ ਆਪਣਾ ਲਵ ਹੀਰੇ ਨੂੰ ਮੇਜਰ ਰਾਸਤਾਨ ਨੂੰ ਇਹੋ ਜਿਹੇ ਗੀਤ ਗਾਉਂਦਾ ਸੀ ਹੋਰ ਗਾਇਕ ਤਾਂ ਪੁੱਤ ਬਸੇਰੇਆ ਹੋਰ ਤਾਂ ਮੈਂ ਕੋਈ ਸੁਣਿਆ ਨਹੀਂ ਕਿਹਨੂੰ ਗਾਉਂਦਾ ਸੀ ਹਾਂ ਚਲੋ ਸਭ ਤੋਂ ਪਹਿਲਾਂ ਫਿਰ ਗੀਤ ਮਾਤਾ ਜੀ ਕਿਹੜਾ ਉਹਨਾਂ ਨੇ ਕੈਸਟ ਕਿਹੜੀ ਕੀਤੀ ਆ ਜਾਂ ਫਿਰ ਉਹ ਸਟੇਜਾਂ ਤੇ ਸਿੱਧਾ ਗਾਉਣ ਲੱਗ ਗਿਆ ਜਾਂ ਉਹਨੇ ਕੈਸਟਾਂ ਰਿਕਾਰਡ ਕੀਤੀਆਂ ਸਭ ਤੋਂ ਪਹਿਲਾਂ ਕਿਹੜਾ ਕੰਮ ਤੋਂ ਸਟਾਰਟਿੰਗ ਉਹਨਾਂ ਦੀ ਹੋਈ ਹੈ ਉਹਦਾ ਸੀ ਮਾਨੋ ਕਾਂਵਰਜੀਤ ਤੇਰਾ ਮੁਜ਼ਰੀ ਉੱਤੇ ਨਗ ਸੋਹਣੇ ਫਿਰਦਾ ਮੁੰਡਾ ਲਖਾ ਬਾਈ ਇਹ ਜੇ ਗੀਤ ਸੀ ਉਹਦੇ ਬਹੁਤ ਸੋਹਣੇ ਗੀਤ ਸੀ ਨਹੀਂ ਲੋਕਾਂ ਨੇ ਉਹ ਵੀ ਕੈਸਟ ਵੀ ਕੀ ਹੈ ਗੱਲਬਾਤ ਕਰਦੇ ਸੀ ਮਾਤਾ ਜੀ ਆਪਾਂ ਵੀ ਪਹਿਲੀ ਧਰਮਪ੍ਰੀਤ ਦੀ ਕੈਸਟ ਜਿਹੜੀ ਕਿਹੜੀ ਰਿਕਾਰਡ ਹੋਈ ਸੀ ਔਰ ਕਿਹਦੇ ਗੀਤ ਕਿਹਦੇ ਸੀ ਉਹ ਗੀਤਾ ਆਤਮ ਨੂੰ ਪਤਾ ਨਹੀਂ ਇੱਕ ਸਿੱਦਾ ਪਤਾ ਮਾਨੁਕਾਲਿਆ ਵਰਜੀਤ ਦਾ ਤੇ ਹੋਰ ਗੀਤਾ ਆਤਮ ਨੂੰ ਪਤਾ ਨਹੀਂ ਕਿਹਦੇ ਕਿਹਦੇ ਪਾਇ ਸੀ ਲਵੇਲੇ ਦਾ ਸੀਗਾ ਕੀ ਦਾ ਨਾਮ ਯਾਦ ਆ ਉਹ ਕੈਸਟ ਦਾ ਨਾਮ ਯਾਦ ਆ ਜਿਹੜੀ ਉਹਨੇ ਕੈਸਟ ਗੱਡੀ ਸੀ ਉਹ ਸੀਗਾ ਖਤਰਾ ਸੁਣਿਆ ਨੂੰ ਹਾਂਜੀ ਹਾਂਜੀ ਖਤਰਾ ਸੁਣਿਆ ਨੂੰ ਜੀ ਜੀ ਬਾਕੀ ਨੂੰ ਮੈਨੂੰ ਪਤਾ ਬੱਜੀ ਦਰਸ਼ਕੋ ਉਹਨਾਂ ਦੇ ਦੋ ਭਾਈ ਵੀ ਆਪਣੇ ਨਾਲ ਨਹੀਂ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਆ ਤੁਹਾਡਾ ਹਮਦਰਸੀ ਤੁਸੀਂ ਧਰਨਪ੍ਰੀਤ ਦੇ ਸਕੇ ਭਾਈਓ ਕਿਸ ਤਰ੍ਹਾਂ ਬਚਪਨ ਕਿਸ ਤਰ੍ਹਾਂ ਬੀਤਿਆ ਜਿਹੜਾ ਕਿਸ ਤਰ੍ਹਾਂ ਖੇਡਦੇ ਹੁੰਦੇ ਸੀ ਆਮ ਤੌਰ ਤੇ ਬੱਚੇ ਲੜਦੇ ਰਹਿੰਦੇ ਆ ਕਿ ਤੁਸੀਂ ਵੀ ਧਰਨਪ੍ਰੀਤ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਹੁੰਦੇ ਸੀ ਘੋਲਦੇ ਹੁੰਦੇ ਸੀ ਲੜਦੇ ਹੁੰਦੇ ਸੀ ਨਹੀਂ ਜੀ ਲੜਦੇ ਲੜਦੇ ਸੀ ਕਦੇ ਹੈ ਨਹੀਂ ਸੀ ਸਭ ਤੋਂ ਵੱਡਾ ਸੀ ਉਹ ਜਿੱਦ ਕਰਦੇ ਸੀ ਬਹੁਤ ਜ਼ਿਆਦਾ ਤੇ ਖੇਡਣਾ ਤਾਂ ਅਸੀਂ ਟਾਈਮ ਹੀ ਮਿਲਿਆ ਕਿਉਂਕਿ ਗਰੀਬੀ ਬਹੁਤ ਸਾਡੇ ਸੀਗੀ ਉਹਨੇ ਸਕੂਲੋਂ ਆ ਕੇ ਮੱਝਾਂ ਛੱਡਣੀਆਂ ਫਿਰ ਉਹਨੇ ਆਹ ਕਰਨਾ ਉਦੋਂ ਬਾਅਦ ਫਿਰ ਗਾਇਕੀ ਦੋ ਤੇ ਬਹੁਤ ਸੰਘਰਸ਼ ਕੀਤਾ ਉਹਨੇ ਪਾਠ ਵੀ ਕਰਦ ਰਿਹਾ ਪੱਠੀ ਸਿੰਘ ਵੀ ਰਿਹਾ ਅਰ ਸਿੰਘ ਕਲੰਡਯੋਟੀ ਵੀ ਰਿਹਾ ਉਹਨਾਂ ਦੀ ਪਹਿਲਾਂ ਯਾਨੀ ਕਿ ਅੰਬਰਦ ਨਿਸ਼ਕਾ ਸੀ ਪੈ ਪੱਗ ਬੰਦੇ ਸੀਗੇ ਉਹ ਤੇ ਉਸ ਤੋਂ ਬਾਅਦ ਉਹਨੇ ਕੈਸਟ ਗੱਡੀ ਖਤਰਾ ਸੋਹਣਿਆਂ ਨੂੰ ਉਹਦੇ ਵਿੱਚ ਕੈਟ ਦੇ ਸੱਤੇ ਮਾਨੁਗੜਾ ਗੀਤ ਸੀਗੇ ਤੇ ਆਪਣੇ ਅਮਰਜੀਤ ਮਾਨੁਗੜੇ ਦੇ ਤੇ ਉਹਨਾਂ ਨੇ ਕੀਤਾ ਕੁਝ ਗਰਵਾ ਸੈਲੂਲੇ ਸੀ ਗੀਤ ਵਿੱਚ ਉਹਨਾਂ ਨੇ ਬਹੁਤ ਯਾਨੀ ਕਿ ਵਧੀਆ ਸਾਡਾ ਸਾਥ ਦਿੱਤਾ ਵਧੀਆਡਾ ਪਿਆਰ ਹੈ ਹੁਣ ਤੱਕ ਮਾਨਨ ਤੇ ਪੂਰਾ ਸਾਥ ਸਾਡਾ ਨੇ ਜਿਹਦੇ ਅੱਜ ਵੀ ਉਹਦੀ ਬਦੌਲਤ ਖੜੇ ਆ ਜਿਹੜਾ ਵੀ ਕੋਈ ਕੁਝ ਕੀਤਾ ਸਾਡੀ ਘਰ ਬਹੁਤ ਕੀਤਾ ਦਿਨ ਜਾਣ ਔਰ ਗੱਲ ਕਰੀਏ ਤੁਸੀਂ ਜਿਹੜੀ ਗੱਲ ਕਰਦੇ ਸੀ ਕਿ ਉਹਨਾਂ ਨੇ ਬਹੁਤ ਜਿਹੜੀ ਗਰੀਬੀ ਕੱਟੀ ਐ ਇੱਥੇ ਪਰਿਵਾਰ ਦੇ ਵਿੱਚ ਔਰ ਉਹ ਜਿਹੜੇ ਪਾਠੀ ਸਿੰਘ ਸੀ ਪਾਠੀ ਸਿੰਘ ਤੇ گاਉਂ ਦੀ ਲਾਈਨ ਵੱਖਰੀ ਆ ਉਹ ਲਾਈਨ ਕਿਸ ਤਰ੍ਹਾਂ ਤਬਦੀਲ ਹੋ ਗਈ ਉਹਨਾਂ ਨੂੰ ਇਸ ਤਰ੍ਹਾਂ ਕੀ ਕੀ ਕਾਰਨ ਹੋ ਗਿਆ ਜਿਹੜਾ ਰਾਹ ਬਦਲਣਾ ਪੈ ਗਿਆ ਰਾਹ ਜੀ ਇਸ ਤਰ੍ਹਾਂ ਜੀ ਪਹਿਲਾਂ ਦਾ ਜੋ ਟਾਈਮ ਪਾਸ ਨੂੰ ਕਰਦੇ ਸੀ ਪਾਠ ਵੀ ਉਦੋਂ ਬਾਅਦ ਉਹਨਾਂ ਨੇ ਪਾਠ ਸੁਣਿਆ ਤੇ ਬਾਕੀ ਸਾਡੇ ਰਿਸ਼ਤੇਰ ਕਹਿਣ ਲੱਗੇ ਅਲਵੇਲੇ ਕੋਲ ਭੇਜ ਦਿਓ ਅਲਵੇਲੇ ਕੋਲ ਜਾ ਕੇ ਉਹਨਾਂ ਨੇ ਉਹਸੀ ਵੀ ਜਲ ਪਟਾਡੀ ਲੈਣ ਚ ਪਾ ਲੈਨੇ ਇਹਨਾਂ ਨੂੰ ਇਹਦੀ ਟਾਡੀ ਲੈਣ ਚ ਕੋਈ ਅੰਟਾਟ ਨਹੀਂ ਸੀ ਵੀ ਜਾਣਦਾ ਵੈਸੇ ਜਾਵੜ ਦੇ ਸੀ ਗਾਉਣ ਸੰਬੰਧਵਾਨਾਂ ਨਾਲ ਬੜੀ ਜੋੜੀ ਸੀ ਕੋਈ ਬਾਜ ਪਹਿਲਾਂ ਤੋਂ ਉੱਚੀ ਸੀ ਉਹਨਾਂ ਦੀ ਕੋਈ ਗਾਉਣ ਸ਼ੌਕ ਨੂੰ ਪਹਿਲਾਂ ਤੋਂ ਹੀਆ ਕਿਉਂਕਿ ਮੇਰੀ ਮਾਸੀ ਦਾ ਮਣ ਕੋਈ ਕੀ ਗਾਉਂਦਾ ਰਿਹਾ ਕੋਈ ਪਹਿਲਾਂ ਉਹਨਾਂ ਗਾਉਂਦਾ ਰਿਹਾ ਹੋ ਸਟੇਜਾਂ ਤੇ ਡਰਾਮੇ ਵੀ ਕਰਦਾ ਰਿਹਾ ਗਾਉਂਦਾ ਵੀ ਰਿਹਾ ਹੋ ਉਸ ਤੋਂ ਬਾਅਦ ਅਲਵੇਲੇ ਕੋਲ ਜਾਵੜੇ ਉੱਥੋਂ ਨਹੀਂ ਉਹਨੂੰ ਮੰਜਲ ਮਿਲੀ ਸਹੀ ਗੁਰੂਚਰ گاਉਣ ਤਾਂ ਲੱਗ ਗਿਆ ਉਦੋਂ ਬਾਅਦ ਸਾਡੇ ਸਿਗੀ ਰਸਤੇ ਰੀ ਨਥਾਣੇ ਉਹਨਾਂ ਨਾਲ ਕਰਕੇ ਗੱਲਬਾਤ ਤੇ ਭਿੰਦਰ ਕੋਲੇ ਪੇਤ ਡੱਬੜੀ ਕੋਲੇ ਉਦੋਂ ਡੇਢ ਸਾਲ ਬਾਅਦ ਫਿਰ ਇਹਦੀ ਕੈਸਟ ਆਈ ਦੱਲ ਨਾਲ ਖੇਡਦੀ ਰਹੀ ਉਹ ਇੰਨੀ ਖੱਟ ਹੋ ਗਈ ਤੇ ਸੁਪ ਟੁਪ ਰਟ ਹੋ ਗਈ ਕੈਟੋ ਉਸ ਨਾਲ ਉਹਨਾਂ ਨੇ ਕੰਪਨੀ ਨਾਲ ਧਰਮਪੀ ਤਰਕਤਾ ਪਹਿਲਾਂ ਨਾ ਭਿੰਦਰ ਧਰਮਾ ਸੀਦਾ ਪਿੰਡ ਚ ਧਰਮਾ ਤੇ ਕੈਟ ਤੇ ਵਾ ਭਿੰਦਰ ਧਰਮਾ ਸੀਗਾ ਤੇ ਉਸ ਤੋਂ ਬਾਅਦ ਫਿਰ ਚੱਲਦਾ ਚੱਲਦਾ ਸੰਘਰਸ਼ੀ ਜੀ ਫਿਰ ਬਾਅਦ ਚ ਤਾਂ ਪਿੰਕੀ ਢਾਲੀ ਵਾਲ ਨਾਲ ਮੁਲਾਕਾਤ ਹੋ ਗਈ ਵਧੀਆ ਲਖਾਰੀ ਮਿਲ ਗਏ ਵਧੀਆ ਗਾਉਣ ਵਾਲੇ ਮਿਲ ਗਏ ਤੇ ਚੱਲ ਉਹਨੂੰ ਨੌਜਵਾਨੀ ਬਾਦ ਕੀ ਉਹਨਾਂ ਦੀ ਤੇ ਬਾਕੀ ਪ੍ਰਮਾਤਮਾ ਨੇ ਬਾਹ ਫੜੀ ਕੁਛ ਤੇ ਵਧੀਆ ਲੈਣ ਵਧੀਆ ਫੜ ਗਿਆ ਜੇ ਗੀਤਾਂ ਦੀ ਗੱਲ ਕਰੀਏ ਕਿੰਨੇ ਕਿ ਗੀਤ ਉਹਨਾਂ ਦੇ ਜਿਹੜੇ ਸੁਪਰ ਹਿੱਟ ਹੋਏ ਆ ਕਿੰਨੇ ਗੀਤ ਜਿਹੜੇ ਪੰਜਾਬ ਪੰਜਾਬੀਆਂ ਨੇ ਜਿਹੜੇ ਪਸੰਦ ਕੀਤੇ ਜਿਆਦਾਤਰ ਤਾਂ ਪੰਜਾਬੀਆਂ ਨੇ ਸਾਰੇ ਹੀ ਪਸੰਦ ਕੀਤੇ ਆ ਵੀ ਜਿਆਦਾਤਰ ਉਹ ਆਪਣਾ ਕੈਨੇਡਾ ਨੂੰ ਰੋਕ ਪੱਤ ਨੂੰ ਇਹ ਜਿਆਦਾ ਮਸ਼ਹੂਰ ਹੋਇਆ ਕਲਾਕਾਰ ਦਾ ਗੀਤ ਦਾ ਤੇ ਹਕਤਿਰਮਾਲ ਜਿਆਦਾ ਰਾਤੀ ਰੱਖੇ ਬਣੇ ਨੀਂਦ ਉਹਦੀ ਪੱਤੋ ਰਾਜੂ ਵਾਲਾ ਲਿਖਿਆ ਹੋਇਆ ਗੀਤ ਉਹ ਬਹੁਤ ਜਿਆਦਾ ਸੁਣਾ ਉਦੋਂ ਬਾਅਦ ਕੈਸਟਾ ਕੀ ਸੌਣ ਦੀ ਝੜੀਆਂ ਉਹਦੇ ਚ ਬਹੁਤ ਸਰਗਿਸ ਸੀ ਇਹ ਸਾਰੀ ਵਿਦੇਸੀ ਗੇ ਤੇ ਯਾਨੀ ਕਿ ਉਹ ਜਿਆਦਾ ਹਟ ਗੀਤ ਹੋਇਆ ਸੀ ਉਹਦਾ ਕੰਡਿਆਂ ਤੋਂ ਸਿੱਗੀ ਉਹ ਸਹਕਾਰ ਕਰਨਾ ਉਹ ਗੀਤ ਸੀ ਉਹਦਾ ਬਹੁਤ ਜਿਆਦਾ ਚੱਲਿਆ ਲੋਕਾਂ ਨੇ ਬਹੁਤ ਸੁਣਿਆ ਉਹ ਟੋਟਲ ਕਿੰਨੇ ਗੀਤ ਉਹਨਾਂ ਦੇ ਰਿਕਾਰਡ ਹੋਏ ਔਰ ਕਿੰਨੀਆਂ ਕੈਸਟਾਂ ਉਹਨਾਂ ਦੀਆਂ ਆਈਆਂ। ਕਿੰਨੀਆਂ ਕੈਸਟਾਂ ਆ ਹੀ ਗਈ ਹੋਣੀ ਜੀ ਬਾਈ ਜੀ 15 20 ਤਰੀਕ ਕੈਸਟਾਂ ਸੀਗੀਆਂ ਉਹਨਾਂ ਦੀਆਂ ਵਿੱਚ ਦੋ ਧਰਮ ਕੈਟਾਂ ਸੀਗੀਆਂ ਜੇ ਰ ਮਿਰਜੇ ਪੜ ਸਤਗੁਰ ਦੀ ਬਾਣੀ ਇਹ ਕੈਟਾਂ ਸੀਗੀਆਂ ਉਹਨਾਂ ਦੀਆਂ। ਵੈਸੇ ਕਾਲ ਮਲਾ ਕੇ ਜੀ ਵੀ ਕੈਟ ਫੇਲ ਨਹੀਂ ਹੋਈ ਐ ਕੋਈ। ਸਭ ਤੋਂ ਵੱਧ ਕਿਹੜੇ ਉਹ ਜਿਹੜੇ ਗੀਤਕਾਰ ਨੂੰ ਪਿਆਰ ਕਰਦਾ ਸੀ ਸਭ ਤੋਂ ਵੱਧ ਕਿਹੜੇ ਗੀਤਕਾਰ ਦੇ ਗੀਤ गा ਕੇ ਖੁਸ਼ੀ ਮਹਿਸੂਸ ਕਰਦਾ ਸੀ। ਪਹਿਲਾਂ ਤਾਂ ਜੀ ਉਹ ਬੜੇ ਰਾਜੂ ਦੇ ਗੀਤ ਹੋਣ ਸੀਗੇ। ਬਾਅਦ ਚ ਸੰਗਤਲ ਦੇ ਗੀਤ ਜਾਨਕਿ ਬਹੁਤ ਜਿਆਦਾ ਸਿਲੈ ਤੇ ਇਹਨਾਂ ਨੇ ਵਧੀਆ ਨੂੰ ਸਿਲੈਕਸ਼ਨ ਲਗੀ ਤੇ ਗਾਉਂਦਾ ਸੀਗਾ ਉਹ ਕਿ ਸ਼ਪਾਰਸ਼ ਗੀਤ ਨਹੀਂ ਸੀ ਕਿਸੇ ਦਾ ਪਾਉਂਦਾ ਪਹਿਲਾਂ ਤੁਸੀਂ ਵੀ ਉਹਦੀ ਆਤ ਸੀ ਵੀ ਜਿਹੜੇ ਸਾਰੀ ਕੰਪਨੀ ਟੀਮ ਨੇ ਡਿਸਾਈਡ ਕਰ ਲਿਆ ਉਹਨੇ ਗੀਤ ਉਹੀ ਗਾਉਣਾ ਜਿਹਨੂੰ ਮਨ ਨੂੰ ਚੰਗਾ ਲੱਗਣਾ ਐਉਂ ਨਹੀਂ ਵੀ ਕੋਈ ਸ਼ਪਾਰਸ਼ੀ ਆਉੜੋ ਤੁਸੀਂ ਕਦੇ ਵੀ ਮੇਰਾ ਗੀਤ ਪਾ ਦਿਓ ਬਾਈ ਜੀ ਪੈਸੇ ਲੈ ਲੂ ਨਾ ਉਹਨੇ ਗੀਤ ਜਿਹਨੂੰ ਮਨ ਨੂੰ ਚੰਗਾ ਲੱਗਿਆ ਉਹਨੇ ਉਹੀ ਗਾਇਆ ਤੇ ਗਾਇ ਵੀ ਸਾਫ਼ ਸੁਥਰਾ ਵਧੀਆ ਗਾਇਆ ਉਹਨੇ ਜੀ ਜੀ ਜਿੰਨਾ ਟਮ ਗਾਇਆ ਜੀ ਭਾਈ ਜੀ ਤੁਸੀਂ ਧਰਮਪ੍ਰੀਤ ਦੇ ਸਕੇ ਭਾਈਓ ਔਰ ਤੁਸੀਂ ਵੀ ਗਾਉਂਦੇ ਰਹੇ ਹੋ ਨਾਲ ਤੁਹਾਨੂੰ ਗਾਉਣ ਦਾ ਸ਼ੌਂਕ ਪਿਆ ਜਾਂ ਧਰਮਪ੍ਰੀਤ ਨੇ ਤੁਹਾਨੂੰ ਵੀ ਨਾਲ ਤੋਰਿਆ ਵੀ ਆਓ ਆਪਾਂ ਪਰਿਵਾਰਕ ਮੈਂਬਰਾਂ ਆਪਾਂ ਗਾਲੀਏ ਨਾਲ ਇਕੱਠੇ ਗਾਉਨੇ ਆ ਇਸ ਤਰ੍ਹਾਂ ਦਾ ਹੋਇਆ ਨਹੀਂ ਜੀ ਮੈਂ ਵੈਸੇ ਸਟੇਜਾਂ ਤੇ ਜਾਂਦਾ ਰਹਾਂ ਜੀ ਵੈਸੇ ਮੈਨੂੰ ਕੋਈ ਗਾਉਣ ਦਾ ਸ਼ੌਂਕ ਨਹੀਂ ਜੀ ਨਾ ਹੀ ਮੈਂ ਕਦੇ ਗਾਉਣ ਦੀ ਕੋਸ਼ਿਸ਼ ਕੀਤੀ ਆ ਵੈਸੇ ਮੈਂ ਬਾਈ ਜੀ ਨਾਲ 1.5 2 ਸਾਲ ਜਾਂਦਾ ਰਹੇ ਹਿੰ ਫਿੰਡੇ ਪ੍ਰੋਗਰਾਮਾਂ ਤੇ ਮਗਰ ਜਾਨੀ ਕਿ ਨਾਲ ਜਾਂਦਾ ਸੀ ਬੈਸੀ ਕਿਸ ਤਰ੍ਹਾਂ ਦਾ ਸੰਯੋਗ ਕਰਦੇ ਸੀ ਤਰਪੀਤ ਦੇ ਨਾਲ ਫਿਰ ਜਦੋਂ ਸਟੇਜ ਤੇ ਗੁੰਮਦਾ ਸੀ ਕੀ ਸੰਯੋਗ ਕੀ ਕਰਦੇ ਸੀ ਤੁਸੀਂ ਮੈਂ ਜੀ ਬਸ ਯਾਨੀ ਕਿ ਪੇਮੈਂਟ ਹੁੰਦੀ ਸੀ ਕਿ ਜਿਹ ਕੋਲੇ ਬੈਗ ਰੱਖਿਆ ਹੁੰਦਾ ਸੀ ਉਹਦੇ ਕੋਲੇ ਬੈਠਣਾ ਜਾਂ ਕੋਈ ਪਾਣੀ ਵਗੈਰਾ ਪਿਵਾਉਣਾ ਬਾਈ ਜੀ ਨੂੰ ਉਹ ਮੈਂ ਪਿਵਾਉਂਦਾ ਸੀ ਜੀ ਤੌਲੀਆ ਬਾਕੀ ਗਰਮੀ ਪਸੀਨਾ ਬਹੁਤ ਆ ਜਾਂਦਾ ਜੀ ਤੌਲੀਆ ਤੁਲੀਆ ਪਿਵਾਉਂਦਾ ਸੀ ਜੀ ਕਿੰਨਾ ਕੁ ਲੋਕ ਪਸੰਦ ਕਿੰਨਾ ਕਰਦੇ ਸੀ ਜਦੋਂ ਖਾੜਾ ਲੱਗਿਆ ਹੁੰਦਾ ਸੀ ਕਿਸ ਤਰ੍ਹਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਮਿਲਦਾ ਸੀ ਲੋਕਾਂ ਦਾ ਇਹ ਅੱਡੋ ਅੱਡੀ ਏਰੀਏ ਦੇ ਹਿਸਾਬ ਨਾਲ ਜੀ ਬਾਈ ਜੀ ਨੂੰ ਸੁਣਨ ਵਾਲੇ ਇੱਧਰ ਰਾਜਸਥਾਨ ਬਲੀ ਜ਼ਿਆਦਾ ਸੀ ਲੋਕ ਤਿੰਨ ਤਿੰਨ ਚਾਰ ਚਾਰ ਪਿੰਡਾਂ ਤੋਂ ਸੈਕਲਾਂ ਤੇ ਵੀ ਜਾਨੀ ਕਿ ਬਹੁਤ ਜ਼ਿਆਦਾ ਇਕੱਠ ਹੁੰਦਾ ਸੀ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਸੀਗੇ ਜੀ ਬਾਈ ਜੀ ਨੂੰ ਤਾਂ ਜੀ ਤੇ ਮਾਨ ਸਨਮਾਨ ਦੀ ਗੱਲ ਕਰੀਏ ਕਿ ਮਾਨ ਸਨਮਾਨ ਵੀ ਕੋਈ ਉਹਨੂੰ ਪੰਜਾਬੀ ਦਿੰਦੇ ਸੀ ਜਿੱਥੇ ਵੀ ਖਾੜਾ ਲੱਗਦਾ ਸੀ ਕੁਝ ਦਿੰਦੇ ਸੀ ਜਾਂ ਫਿਰ ਫ੍ਰੀ ਦੇ ਵਿੱਚ ਖਾੜਾ ਲਾਇਆ ਹੁੰਦਾ ਸੀ ਨਹੀਂ ਜੀ ਨਹੀਂ ਬਹੁਤ ਜ਼ਿਆਦਾ ਮਾਨ ਸਨਮਾਨ ਦਿੰਦੇ ਸੀਗੇ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਲੋਕ ਉਹਨਾਂ ਨੂੰ ਜਿੱਥੇ ਵੀ ਜਾਣਾ ਯਾਨੀ ਕਿ ਲੋਕ ਤੰਨਾ ਤੰਨਾ ਚਾਰਾ ਚਾਰਾ ਪਿੰਡਾਂ ਤੋਂ ਸਾਈਕਲਾਂ ਤੇ ਮੋਟਰਸਾਈਕਲਾਂ ਤੇ ਇਕੱਠੇ ਹੋ ਕੇ ਵੀ ਬਾਈ ਜੀ ਦਾ ਪ੍ਰੋਗਰਾਮ ਆ ਪਹਿਲੇ ਆ ਕੇ ਬੈਠ ਜਾਂਦੇ ਸੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸੀ ਬਾਈ ਜੀ ਦੀ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਸ੍ਰੋਤੇ ਬਾਈ ਜੀ ਆਮ ਤੌਰ ਤੇ ਪੰਜਾਬੀਆਂ ਦਾ ਸੁਭਾਅ ਜਦੋਂ ਗਾਣਾ ਕੋਈ ਵੱਜਦਾ ਚੰਗਾ ਪਸੰਦ ਗਾਣਾ ਆਉਂਦਾ ਤੇ ਪੰਜਾਬੀ ਨੋਟਾਂ ਦਾ ਮੀਂਹ ਵਰਉਂਦੇ ਆ ਕਿਤੇ ਧਰਮ ਪੀਤਾ ਵੀ ਹੋਇਆ ਸੀ ਵੀ ਨੋਟਾਂ ਦਾ ਮੀਂਹ ਵਰਿਆ ਹੋਵੇ ਹਾਂਜੀ ਹਾਂਜੀ ਅਕਸਰੀ ਬਾਈ ਜੀ ਦੇ ਉੱਪਰ ਜਦੋਂ ਵੀ ਕਿਤੇ ਜਾਨੀ ਕਿ ਸਾਡੇ ਪਿੰਡ ਦਾ ਫੰਕਸ਼ਨ ਹੁੰਦਾ ਸੀ ਕੋਈ ਵੀ ਤਾਂ ਬਾਈ ਜੀ ਆਉਂਦੇ ਸੀ ਉਹਦੇ ਵਿੱਚ ਤਾਂ ਜਦੋਂ ਗੀਤ ਲਾਉਂਦੇ ਸੀ ਸਾਡੇ ਸਾਰੇ ਹੀ ਪਿੰਡ ਦੇ ਲੋਕਾਂ ਨੇ ਜਾ ਕੇ ਉੱਪਰ ਬਾਈ ਜੀ ਦੇ ਉੱਪਰ ਬਹੁਤ ਜ਼ਿਆਦੇ ਪੈਸੇ ਸੱਟਨੇ ਤੇ ਬਾਹਰ ਵੀ ਲੋਕ ਜਾਨੀ ਕਿ ਬਹੁਤ ਜ਼ਿਆਦੇ ਪੈਸੇ ਸੱਟਦੇ ਸੀ ਬਾਈ ਜੀ ਦੇ ਉੱਪਰ ਦੀ ਹਾਂਜੀ ਵਿਦੇਸ਼ ਦੀ ਧਰਤੀ ਤੇ ਵੀ ਬਾਈ ਧਰਮਪੀਤ ਜਾਂਦਾ ਰਿਹਾ ਫਿਰ ਹਾਂਜੀ ਹਾਂਜੀ 2-3 ਨੂੰ ਪ੍ਰੋਗਰਾਮ ਬਾਈ ਜੀ ਨੇ ਲਾਇਆ ਕੈਨੇਡਾ ਸ਼ੋਅ ਲਾਇਆ ਤੇ ਨਿਊਜ਼ੀਲੈਂਡ ਗਏ ਆ ਤੇ ਬਸ 2-3 ਵਾਰ ਹੀ ਗਏ ਆ ਵਾਰੀ ਇਹ ਜਿਹੜੀਆਂ ਤੁਸੀਂ ਨੱਤੀਆਂ ਪਾਉਨੇ ਹੋ ਤੁਹਾਡੇ ਕੰਨਾਂ 'ਚ ਨੱਤੀਆਂ ਪਾਆਂ ਬਾਈ ਉਹਨਾਂ ਦੇ ਵੀ ਇਹ ਫਿਰ ਪਰਿਵਾਰ ਕੀ ਹੈ ਕਿ ਪਛੋਕੜ ਆ ਕਿ ਇਹ ਕਿਸ ਤਰ੍ਹਾਂ ਪਾਉਨੇ ਹੋ ਬਾਈ ਧਰਮਪੀਤੇ ਉਹਨਾਂ ਦੇ ਵੀ ਪਾਆਂ ਹੁੰਦੀਆਂ ਸੀ ਨਹੀਂ ਬੈਸੀ ਇਹ ਤਾਂ ਮਨ ਦਾ ਸ਼ੌਂਕ ਸੀ ਪਹਿਲਾਂ ਮੈਂ ਪਾਲੀਆਂ ਜਦੋਂ ਦੁਆ ਦੇ ਇਸਨੇ ਕੰਨ ਬਣਾ ਲਏ ਜੀ ਬੈਸੀ ਹਾਂਜੀ ਧਰਮਪੀਤੇ ਵੀ ਪਾਆਂ ਹੁੰਦੀਆਂ ਸੀ ਹਾਂਜੀ ਬਾਈ ਜੀ ਦਾ ਕੰਨ ਇੱਕ ਬੰਨਿਆ ਹੁੰਦਾ ਸੀ ਜੀ ਉਹਨਾਂ ਦੀ ਵੀ ਇੱਕ ਪਾਈ ਹੁੰਦੀ ਸੀ ਜੀ ਜੀ ਮਾਤਾ ਜੀ ਜੇ ਗੱਲ ਕਰੀਏ ਬਾਈ ਧਰਮਪ੍ਰੀਤ ਫਿਰ ਜਦੋਂ ਖਾੜੇ ਲਾ ਕੇ ਆਉਂਦਾ ਸੀ ਤੁਹਾਡੇ ਕੋਲ ਹੀ ਆਉਂਦਾ ਸੀ ਘਰ ਇੱਥੇ ਰਹਿੰਦਾ ਸੀ ਪਿੰਡ ਬਲਾਸਪੋਰੀ ਰਹਿੰਦਾ ਸੀ ਇੱਥੇ ਬਹੁਤ ਆਉਂਦਾ ਸੀ ਬੁੱਤ ਹਾਂ ਹਾਂ ਆ ਜਾਂਦਾ ਬਹੁਤ ਚਾ ਚੜਨਾ ਤੇ ਡੇਢੀ ਨੋਰੀ ਨਿਹਾਲੇਲੇ ਦੂਜੀ ਧਾਲ ਲੈਣ ਭੱਜ ਲੈਣਾ 15-15 ਮੁੰਡੇ ਕੋਠੇ ਤੇ ਇਕੱਠੇ ਹੋਏ ਨੇ ਦੋਸਤ ਜਿਨ੍ਹਾਂ ਨੇ ਅਖੰਡ ਪਾਠ ਜਾਨੀ ਸਿੱਖਿਆ ਉਹ ਮੁੰਡੇ ਸਾਰੇ ਆਉਂਦੇ ਹੁੰਦੇ ਸੀ ਸਾਰੇ ਆਉਂਦੇ ਸੰਯੋਗ ਬਹੁਤ ਧਰਮ ਆ ਗਿਆ ਧਰਮ ਆ ਗਿਆ ਉਸ ਤੋਂ ਬਾਅਦ ਉਹਨੇ ਕਿਤੇ ਹੋਰ ਵੀ ਰਹਿਸ਼ ਕੀਤੀ ਸੀ ਕਿ ਬਲਾਸਪੋਰੀ ਰਹਿੰਦਾ ਸੀ ਬਜਾਤਰ ਨਹੀਂ ਬਲਾਸਪੋਰੀ ਰਹਿੰਦਾ ਸੀ ਜਾਂ ਬ ਆਡੇ ਪਿੰਡ ਮੁੰਡੋਂ ਬਿੱਤੇ ਦੀ ਮੌਤ ਹੋ ਗਈ ਉਹਨੂੰ ਕਹਿੰਦਾ ਸੀ ਉੱਥੇ ਕੀ ਰੱਖਿਆ ਹੁੰਦਾ ਮੈਂ ਨਹੀਂ ਜੀ ਲਾਉਂਦਾ ਤੂੰ ਨਾ ਜਾਈ ਫਿਰ ਉਹ ਵਰ ਮੰਨਿਆ ਨਹੀਂ ਕਹਿੰਦਾ ਕਿ ਮੁੰਡੇ ਨੂੰ ਤਾਂ ਪਤਾ ਨਹੀਂ 15 ਕੀ ਦਾਹਦਾ ਕੈਟਾ ਨੇ 50 60 ਆ ਜਾਂਗੀਆਂ ਜੀ ਜੀ ਹਾਂ ਜੀ ਹਾਂ ਜੀ ਤਨਪ੍ਰੀਤ ਨੇ ਗਾਇਕੀ ਲੈਣ ਚ ਕਿੰਨਾ ਕੁਛ ਖੱਟਿਆ ਔਰ ਕਿੰਨਾ ਕੁਛ ਗਵਾਇਆ ਸੀ ਘਰ ਦਾ ਕੁਛ ਬਣਾਇਆ ਕੋਈ ਜ਼ਮੀਨ ਜਾਇਦਾਦ ਕੋਈ ਘਰ-ਬਾਰ ਕੋਈ ਪਰਿਵਾਰਕ ਸਾਧਨ ਕੋਈ ਸੰਦ ਕੋਈ ਚੀਜ਼ ਵਸਤੂ ਕੁਛ ਬਣਾਇਆ ਤਨਪ੍ਰੀਤ ਨੇ ਗਾਇਕੀ ਦੇ ਵਿੱਚ ਹਾਂ ਬਹੁਤ ਕੁਛ ਬਣਾਇਆ ਪਤ ਸਾਨੂੰ ਕੋਠੀ ਪਾ ਕੇ ਦਿੱਤੀ 10 ਕਿੱਲੇ ਲਏ ਪੜੀ ਦੇ ਟਰੈਕਟਰ ਟਰੈਲੀਆ ਮੇਰੇ ਬੇਟੇ ਨੂੰ ਲੈ ਕੇ ਦਿੱਤੀ ਬਹੁਤ ਕੁਛ ਬਣਾਇਆ ਜੀ ਉਹਨੇ ਐ ਨਹੀਂ ਕੋਈ ਨਹੀਂ ਬਣਾਇਆ ਕਿਹੜਾ ਉਹਨੂੰ ਕੁੜਾ ਪੈਸੇ ਦਾ ਥੋੜਾ ਸੀ ਪਤ ਜੀ ਜਿੱਦੇ ਜਾ ਕੇ ਪ੍ਰੋਗਰਾਮ ਲਾ ਕੇ ਆ ਮੌਤ ਕੀਤੀ ਹੈ ਚਾਰ ਪ੍ਰੋਗਰਾਮ ਬੁੱਕ ਸੀ ਉਹ ਕੈਨਸਲ ਕੀਤੇ ਉਹਨਾਂ ਨੇ ਲਾਇ ਹੀ ਨਹੀਂ ਵੀ ਜਰੂਰ ਉਹਦੀ ਮੌਤ ਹੋ ਗਈ ਅਸੀਂ ਨਹੀਂ ਲਾਉਣੀ ਜਿਹੜਾ ਲੋਕ ਕਹਿੰਦੇ ਉਹ ਖਾੜੇ ਨਹੀਂ ਸੀ ਕਹਿੰਦੇ ਸਭ ਝੂਠ ਮਾਰਦੇ ਆ ਤੇ ਜਿਵੇਂ ਜਿੰਨੀਆਂ ਮੂੰਹਾਂ ਦੀਆਂ ਗੱਲਾਂ ਖੁਦੀਆਂ ਟਿੰਡਾਂ ਭਰ-ਭਰ ਆਈ ਜਾਂਦੀਆਂ ਖਾਲੀ ਹੋਈ ਜਾਂਦੀਆਂ ਲੋਕ ਤਾਂ ਗੱਲਾਂ ਆਉਣ ਵਾਲੀਆਂ ਨਾ ਉਹਨਾਂ ਨੇ ਮੈਨੂੰ ਆਇਆ ਕਿ ਹੈ ਵੀ ਮੈਂ ਫਾਹਾ ਲੈਣਾ ਜਿਵੇਂ ਦੱਸਦਾ ਮੈਂ ਮਰਨ ਦੀ ਹਾਲ ਪੁੱਤ ਨੂੰ ਆਹ ਕਾਰਨ ਕੀ ਸੀ ਮਾਤਾ ਪਰੇਸ਼ਾਨ ਕਿਉਂ ਰਹਿੰਦਾ ਸੀ ਮੌਤ ਦਾ ਐਡਾ ਵੱਡਾ ਫੈਸਲਾ ਲੈਣਾ ਕੀ ਕਾਰਨ ਕੀ ਹੋਇਆ ਕਾਰਨ ਤਾਂ ਸਾਲੇ ਦਾ ਵਿਆਹ ਹੋਇਆ ਉਸਨੂੰ ਤੜਕੇ ਉੱਠ ਕੇ ਕੋਣ ਕਹਤਾ ਹੋ ਭੈਣ ਪ੍ਰਧਾਨ ਸਾਹਿਬ ਨੂੰ ਅਗਲਾ ਗਾਲ ਕੱਢ ਹੀ ਦਿੰਦਾ ਕੱਢ ਤੀ ਉਹਨੇ ਗੁੱਸੇ ਜਾ ਕੇ ਉਹਦੇ ਮੁੰਡੇ ਨੇ ਵੀਡੀਓ ਹੀ ਬਣਾਈ ਕਹਿੰਦੇ ਮਾਸੀ ਆਰੇ ਮੇਰੇ ਮੁੰਡੇ ਨੇ ਵੀਡੀਓ ਬਣਾਈ ਆ ਮੈਨੂੰ ਗਾਲ ਕੱਢੀ ਆ ਮੈਂ ਆਹ ਨਾਏ ਮੈਂ ਗਾਲ ਕੱਢ ਕੇ ਕਹਿੰਦੇ ਨਾ ਤਾਂ ਤੁਸੀਂ ਵੀਡੀਓ ਬਣਾ ਲਈ ਐਡਾ ਮੇਰਾ ਪੁੱਤ ਗਾਇਕ ਸਿੰਗਰ ਤੇ ਤੁਸੀਂ ਇਹ ਤਾਂ ਸਾਰੇ ਜਾ ਉਹ ਉਹਦੀ ਵੀ ਕੋਸ਼ਣ ਮੋਛੀ ਮੰਨ ਗਿਆ ਪੁੱਤ ਵੀ ਮੇਰੀ ਖਣੀ ਕਿਥੇ ਕਿਥੇ ਵੀਡੀਓ ਜਾਵੜੀ ਹੋਊ ਬਾ ਤੜਕੇ ਉੱਠ ਕੇ ਸਹੁਰਿਆਂ ਨੇ ਕਹਤਾ ਭਾਈ ਤੂੰ ਮਾੜੀ ਗੱਲ ਕੀਤੀ ਤੂੰ ਤਾਂ ਸਾਹੂ ਸੀ ਚੁੱਲ੍ਹੇ ਮੂਰੇ ਬਹਿ ਕੇ ਰੋਟੀ ਖਾਂਦਾ ਸੀ ਗਾਣਾ ਕੱਢੀਆਂ ਉਹ ਕੰਨਾਵਾ ਕੱਢੀਆਂ ਨਹੀਂ ਗਾਲਾਂ ਚਲਿਆ ਇਹਨਾਂ ਕੋਈ ਪਰੇ ਮੈਂ ਕਿ ਪੁੱਤ ਕਿਉਂ ਪਰੇਸ਼ਾਨ ਫਰੋ ਸੋਰੀ ਨਾ ਆ ਜਾਈ ਤੇ ਬਸ ਮੈਨੂੰ ਕਹਿੰਦਾ ਕਿ ਮੈਂ ਜਾਵਾਂ ਤੇ ਰੋਂਦਾ ਹੀ ਰਹਿੰਦਾ ਪੁੱਤ ਵਿਆਹ ਹੋਏ ਤੋਂ ਬਾਅਦ ਪੋਰਾ ਮਹੀਨਾ ਸਾਰਾ ਰੋਇਆ ਜਿਹੜਾ ਮਹੀਨਾ ਨਾ ਗਿਆ ਨਾ ਬਸ ਪਰੇਸ਼ਾਨ ਜਾ ਸੀਗਾ ਸਾਨੂੰ ਖੁੱਲ ਕੇ ਗੱਲ ਨਹੀਂ ਦੱਸੀ ਹਾਂ ਇੱਥੇ ਬਲਾਸਪੁਰ ਜਮੇ ਨਹੀਂ ਦੱਸੀ ਬਸ ਪੁੱਤ ਹੋ ਗਿਆ ਜਿਸ ਦਿਨ ਖੁਦ ਕਿਸੇ ਕੀਤੀ ਆ ਉਸ ਦਿਨ ਫਿਰ ਜਿਹੜਾ ਧਰਮਪ੍ਰੀ ਸੀ ਕਿ ਤੋਂ ਉਖਾੜਾ ਲਾ ਕੇ ਆਇਆ ਸੀ ਜਾਂ ਕਿਸ ਤਰ੍ਹਾਂ ਸੀ ਘਰ ਵਿੱਚ ਹੀ ਸੀ ਕਾਰਨ ਕੀ ਬਣਿਆ ਉਸ ਦਿਨ ਇੱਕਦਮ ਐਡਾ ਵੱਡਾ ਫੈਸਲਾ ਲੈ ਲਿਆ ਕਹਿੰਦਾ ਪੁੱਤ ਮੈਨੂੰ ਨਿਗਰਾ ਮੈਨੂੰ ਕਹਿੰਦਾ ਦੋ ਬਾਰ ਮੈਂ ਭੇਜਿਆ ਵੇ ਤਾਂ ਮਹਾਸ਼ੂਲੇ ਦਾੜਾ ਵੀ ਰੋਟੀਆਂ ਖਾਣੀਆਂ ਨੇ ਚੜਨੀ ਰਗੜੀ ਵੀ ਹੈ ਕਹਿੰਦਾ ਤੂੰ ਯਾਰ ਕੰਜਰ ਦੇ ਆ ਗਾਲ ਕੱਢ ਕੇ ਮੇਰੇ ਦੋ ਤੈਨੂੰ ਕਹਿੰਦਾ ਤੂੰ ਰੋਟੀ ਕੁੱਟ ਕੇ ਲਿਆ ਅਸੀਂ ਦਵਾ ਦਾ ਰੋਟੀ ਕੁੱਟ ਕੇ ਦੇਤੀ ਚੂਰੀ ਚੂਰੀ ਸਾਰੀ ਖਾ ਲਈ ਕਿ ਮੈਂ ਚੌਂਕੜੀ ਤੇ ਰੱਖਣਾ ਉਹਦੇ ਮੈਂ ਵੀ ਖਾ ਲਈ ਤੇ ਬਾ ਉਸ ਤੋਂ ਬਾਅਦ ਤਾਂ ਪਾਣੀ ਦੀ ਬੋਤਲ ਕੱਢ ਕੇ ਲੈ ਗਿਆ ਪੁੱਤ ਫਿਰ ਐਚੋਂ ਤੇ ਆ ਕਹਿੰਦਾ ਚੱਲ ਵੀ ਵੀ ਤੂੰ ਅਥੋਂ ਪਹਿਲੇ ਖਾਇਆ ਕਰ ਰੋਟੀ ਮੈਂ ਪਤਾ ਹੈ ਤਾਂ 9:00 ਵਜੇ ਹੈ ਤੁਹਾਣੀ ਗੱਲ ਕਹਿ ਕੇ ਬਸ ਅੰਦਰ ਵੜ ਗਿਆ ਪਰ ਤੁਹਾਨੂੰ ਕਾਰਨ ਤਾਂ ਨਹੀਂ ਪਤਾ ਲੱਗਿਆ ਉਸ ਦੇ ਵਿੱਚ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਉਸ ਦਿਨ ਤੁਸੀਂ ਜਿਸ ਦਿਨ ਲਾਸਟ ਟਾਈਮ ਧਰਮਪ੍ਰੀਤ ਆਇਆ ਗੱਲਬਾਤ ਕੀਤੀ ਹੈ ਔਰ ਕੀ ਗੱਲਾਂ ਬਾਤਾਂ ਕੀਤੀਆਂ ਉਸਰ ਕੋਈ ਗੱਲ ਨਹੀਂ ਪੁੱਤ ਕੀ ਸੀ ਨਾਨੀ ਦੋਤਾ ਹੀ ਸੀ ਸਾਡੇ ਨਾਲ ਗੱਲ ਨਹੀਂ ਕੀਤੀ ਨਾ ਬਸ ਕਹਾਂ ਰੋਟੀ ਪਾਓ ਰੋਟੀ ਪਾਓ ਰੋਟੀ ਪਾਤੀ ਚੂਰੀ ਖਾ ਵੀ ਲਿਆਸਦਾ ਖੇਡਦਾ ਆਇਆ ਜਿਹੜਾ ਬਾਹਰ ਬੰਦਾ ਗੱਡੀ ਤੇ ਗਿਆ ਉਸ ਨੂੰ ਸਬਜ਼ੀਆਂ ਫੜਾ ਕੇ ਆ ਦੋਸਤ ਹੈ ਜੀਦੇ ਪਿੰਡ ਘਰ ਆਇਆ ਵਾ ਤੇ ਉਹਨਾਂ ਸਬਜ਼ੀਆਂ ਤੋੜ ਕੇ ਦਿੱਤੀਆਂ ਮੈਂ ਟਿੰਡੋ ਦੀ ਸਬਜ਼ੀ ਵੀ ਬਣਾ ਕੇ ਰੱਖ ਲਈ ਸੋਦੇ ਮੰਨ ਕੇ ਰੱਖ ਪੁੱਤ ਜਿੱਦੇ ਮੌਤ ਹੋਈ ਹੋਗੀ ਹਾਂ ਬਸ ਔਰ ਜਿਸ ਉਹ ਮੌਤ ਤੋਂ ਪਹਿਲਾਂ ਤੁਹਾਨੂੰ ਜੋ ਪਰੇਸ਼ਾਨੀ ਸੀ ਮਨ ਦੀ ਉਹਦੇ ਵਲਵਲੇ ਸੀ ਗੱਲ ਸੀ ਦਿਮਾਗ ਦੇ ਵਿੱਚ ਜੋ ਚੱਲਦਾ ਸੀ ਉਹ ਸਾਂਝੀ ਕਰਦਾ ਰਹਿੰਦਾ ਸੀ ਕਿ ਮੈਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਰਹਿਣਾ ਨਹੀਂ ਨਹੀਂ ਇਹ ਢਿੱਲਾ ਹੋ ਗਿਆ ਸੀ ਮੈਂ ਤਾਂ ਮਹੀਨਾ ਪਿੰਡ ਆਈ ਸੀ ਬਲਾਸਪੁਰ ਇਹ ਸਭ ਲੋਕ ਐਵੇਂ ਗੱਲਾਂ ਬਣਾਏ ਨੇ ਆਈ ਸੀ ਆਈ ਸੀ ਮੈਂ ਤਾਂ ਦੱਸਦਣੀ ਅੱਗੋਂ ਗਈ ਸੀ ਬਸ ਮੈਨੂੰ ਨਹੀਂ ਕਿਸੇ ਨੂੰ ਗੱਲ ਦਾ ਪਤਾ ਲੱਗਿਆ ਵੀ ਜਾਂ ਖੁਸ਼ ਵੀ ਬਦਗਾ ਹੋ ਗਿਆ ਉਸਨੇ ਬਾਹਰ ਨੂੰ ਜਾਣਾ ਸੀ ਉਵੇਂ ਗੋਰਾ-ਗੋਰਾ ਰੰਗ ਉਹ ਬੜੀ ਖੁਸ਼ ਰਹਿੰਦਾ ਸੀ ਇਹਦਾ ਕਾਰਨ ਦਾ ਸਾਨੂੰ ਨਹੀਂ ਪਤਾ ਲੈ ਗੀ ਕਾਰਨ ਕੀ ਬਣਿਆ ਧਰਮਪ੍ਰੀਤ ਜਦੋਂ ਗਾਉਂਦਾ ਸੀ ਉਦੋਂ ਬਹੁਤ ਸਾਰੇ ਲੋਕ ਇੱਥੇ ਘਰੇ ਆਉਂਦੇ ਹੋਣਗੇ ਕਿੰਨੇ ਕੁ ਲੋਕ ਦੇ ਚਾਉਣ ਵਾਲੇ ਇੱਥੇ ਆਉਂਦੇ ਹੁੰਦੇ ਸੀ ਬਹੁਤ ਸੀ ਪਤਾ ਆ ਪੇਟਿੰਗ ਵਾਲਾ ਬਾਬਾ ਸਾਰੇ ਆ ਜੱਗਾ ਯੋਧੇ ਕਾ ਵਜਦਾ ਸਾਰਿਆਂ ਨੂੰ ਚਾ ਚੜ ਜਾਂਦੇ ਹੋਰ ਬਾਹਰਲੇ ਪਿੰਡਾਂ ਤੋਂ ਵੀ ਆਉਂਦੇ ਹੋਣਗੇ ਹਾਂ ਬਾਹਰਲੇ ਪਿੰਡਾਂ ਤਾਂ ਜੇ ਮੈਨੂੰ ਲੱਗਦਾ ਆਪਣੇ ਜਿਹੜੇ ਮਾਛੀ ਕਿਲਾ ਦੇ ਸਾਰੇ ਆ ਜਾਂਦੇ ਸੀ ਪੁੱਤ ਸਾਰਿਆਂ ਨੂੰ ਚਾਚੂ ਪਾਣਾ ਬੀਬੀ ਚਾਹ ਪਿਆ ਇਹਨਾਂ ਨੂੰ ਜੀ ਨਦਲਦ ਪਾਣਾ ਦਲਦ ਪਾਣਾ ਜੀ ਨੇ ਚਾਹ ਪੀਣੀ ਚਾਹ ਪੀਣੀ ਧਰਨਪ੍ਰੀਤ ਦੇ ਚਲੇ ਜਾਣ ਤੋਂ ਬਾਅਦ ਉਹਦੇ ਜਿਹੜੇ ਉਹਨੂੰ ਚਾਉਣ ਵਾਲੇ ਸੀ ਤੁਹਾਡਾ ਹਾਲ ਜਾਣਨ ਵਾਸਤੇ ਆਉਂਦੇ ਨਹੀਂ ਨਹੀਂ ਇਕੱਲਾ ਮੀਤ ਬਰਾੜੀ ਆਉਂਦਾ ਹੋਰ ਨਹੀਂ ਮੇਰੇ ਕੋਲ ਕੋ ਆਉਂਦਾ ਐਵੇਂ ਜਾਣ ਕੇ ਝੂਠ ਮਾਰਦੇ ਬੱਤ ਕੋਈ ਨਹੀਂ ਹਾਲ ਚਾਲ ਪੁੱਛਦਾ ਕੋਈ ਬਾਤ ਨਹੀਂ ਪੁੱਛਦਾ ਨਹੀਂ ਪੁੱਤ ਨਹੀਂ ਹਾਂ ਆਪਣੇ ਰੱਬ ਦਾ ਤਾਂ ਸਭ ਕੁਝ ਆਪਾਂ ਨੂੰ ਕੀ ਲੈਣਾ ਕਹੇ ਤੋ ਪੁੱਛੇ ਕੋਈ ਨਾ ਪੁੱਛੇ ਹੋਰ ਬਾਹਰਲੇ ਮੁੰਡੇ ਬਹੁਤ ਸੰਜੋਗ ਹੀ ਦਿੰਦੇ ਆ ਮਨੂੰ ਸਰਜੀਤਾ ਗੁਰੂ ਸਰ ਤੋਂ ਉਹ ਕਾ ਫੋਨ ਕਰਦੇ ਰਹਿੰਦਾ ਮਨੂੰ ਮਹੀਨੇ ਪਿੱਛ ਜ਼ਿੰਦਗੀ ਕਿਸ ਤਰ੍ਹਾਂ ਬਸਰ ਹੋ ਰਹੀ ਹੈ ਮਾਤਾ ਜੀ ਹੁਣ ਗੱਲ ਕਰੀਏ ਧਰਮਪ੍ਰੀਤ ਦੇ ਜਾਣ ਤੋਂ ਬਾਅਦ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਹੋ ਰਹੀ ਬਹੁਤ ਵਧੀਆ ਹੁੰਦੀ ਹੈ ਪਤ ਬਹੁਤ ਵਧੀਆ ਘਰ ਪਰਿਵਾਰ ਖੁਸ਼ ਰਹਿੰਦੇ ਆਸੀਂ ਸੁੱਖ ਨੂੰ ਸਾਨੂੰ ਕੀ ਸਾਡੇ ਕੋਲ ਕੀ ਨਹੀਂ ਪਤਾ ਧੋਖ ਲਿਆ ਠੇਕਾ ਮਿਲਦਾ ਮੈਨੂੰ ਜਿਹੇ ਜਾ ਮਿਲਦਾ ਉਹ ਜਿਹਾ ਸੀ ਕਰੀ ਜਾਂਦੇ ਜਿਹੇ ਜਾ ਕੰਮ ਕਰਕੇ ਤਾਂ ਮੁੰਡੇ ਕੰਮ ਕਰਦੇ ਆ ਵਧੀਆ ਭਾਣ ਜਾ ਮੇਰਾ ਠੀਕ ਹੈ ਨਾ ਬਸ ਔਰ ਨੋ ਬੱਚੇ ਤੁਹਾਨੂੰ ਮਿਲ ਲਉਂਦੇ ਆ ਜੀ ਹਾਂ ਬਹੁਤ ਹਾਂ ਕਰਨ ਮਰੀਦੀ ਧਰਮਪ੍ਰੀਤ ਪਤਨੀ ਔਰ ਉਸ ਦਾ ਬੱਚਾ ਮਿਲਣ ਵਾਸਤੇ ਜਾਂ ਤੁਸੀਂ ਜਾਣਦੇ ਇੱਕ ਦੂਜੇ ਨੂੰ ਮਿਲਦੇ ਹੋ ਉੱਥੇ ਜਾ ਕੇ ਮਿਲਦਾ ਜੀ ਇੱਥੇ ਨਹੀਂ ਉਹ ਆਉਂਦੇ ਨਾ ਇੱਥੇ ਕਦੇ ਵੀ ਨਹੀਂ ਆਈ ਉਹ ਮਰੇ ਤੋਂ ਬਾਅਦ ਉਹ ਗਮੀ ਸ਼ਾਦੀ ਚ ਆਉਂਦੀ ਆਉ ਨਹੀਂ ਆਉਂਦੀ ਕਾਰਨ ਕੀ ਹੋ ਗਿਆ ਜਿਸ ਘਰ ਵਿੱਚ ਵਿਆਹ ਕੇ ਆਈ ਸੀ ਧਰਮ ਧਰਮਪ੍ਰੀਤ ਦੀ ਧਰਮਪਤਨੀ ਉਸ ਘਰ ਤੋਂ ਕਿਉਂ ਟੁੱਟ ਗਈ ਇਹ ਤਾਂ ਵੀ ਰੱਬ ਹੀ ਜਾਣਦਾ ਪਤਾ ਇਸ ਗੱਲ ਦਾ ਨਹੀਂ ਸਾਨੂੰ ਪਤਾ ਵੀ ਕਿਹਦੀਆਂ ਉਂਗਲਾਂ ਤੇ ਚੜ ਗਈ ਉਹ ਕੀ ਗੱਲ ਹੋਈ ਉਹਦੇ ਨਾਲ ਇਹ ਤਾਂ ਜਾਂ ਮੇਰੇ ਪੁੱਤ ਨੂੰ ਪਤਾ ਹੈ ਤੇ ਜਾਂ ਉਹਦੇ ਜਿਹੜੇ ਉਹਨਾਂ ਨੂੰ ਪਤਾ ਬਸ ਬੱਚਾ ਮਾਤਾ ਕੀ ਹੁਣ ਧਰਮਪ੍ਰੀਤ ਵਾਂਗੂ ਉਹ ਵੀ ਗਾ ਰਿਹਾ ਕੀ ਕਰ ਰਿਹਾ ਨਹੀਂ ਉਹ ਕਿਤੇ ਗਉਂਦਾ ਸ਼ੋਅ ਮਾਸਟਰ ਲੈ ਜਾਂਦੇ ਉਹਨੂੰ ਨਹੀਂ ਉਹਦੇ ਗਾਉਣ ਚ ਹੈ ਨਹੀਂ ਲੈਣ ਵੀ ਪੈਣ ਦਾ ਜਤ ਨਹੀਂ ਪੜਦਾ ਹੀ ਪੁਰਨੇ ਤੇ ਚੱਲਦਾ ਹਾਂਜੀ ਪੜਦਾ ਹੀ ਉਹਨਾਂ ਦੀ ਜਿਵੇਂ ਉਹ ਕਹਿੰਦੀ ਉਹਦੀ ਮੰਮੀ ਉਵੇਂ ਹੀ ਚੱਲੂਗਾ ਉਹ ਸਾਡੇ ਕੋਲੇ ਆਊਗਾ ਸਾਡੇ ਨਾਲ ਕੀ ਕੀ ਤੁਸੀਂ ਕੀ ਕਹਿ ਰਹੇ ਸੀ ਗੱਲਬਾਤ ਕੋਈ ਕਰ ਰਹੇ ਸੀ ਕੀ ਕਹਿ ਰਹੇ ਸੀ ਧਰਮਪ੍ਰੀਤ ਦੇ ਬੱਚੇ ਬਾਰੇ ਕੁਝ ਕਹਿ ਰਹੇ ਸੀ ਧਰਮਪ੍ਰੀਤ ਦੇ ਬੱਚੇ ਬਾਰੇ ਅਸੀਂ ਕਹਿ ਰਹੇ ਸੀ ਉਹਨਾਂ ਦੀ ਮਾਤਾ ਹੀ ਸਾਨੂੰ ਮਿਲਣ ਨਹੀਂ ਦਿੰਦੀ ਨਾ ਹੀ ਬੱਚਾ ਸਾਡੇ ਨਾਲ ਕੋਈ ਜਾਨੀ ਕਿ ਮੋਹ ਵਾਲੀ ਗੱਲ ਰੱਖਦਾ ਵੀ ਕਿਉਂਕਿ ਜਿਹੇ ਜਿਹੇ ਬੱਚੇ ਨੂੰ ਸਿਖਾਇਆ ਜਾਵੇ ਮਾਪਿਓ ਵੱਲੋਂ ਉਹੇ ਜਿਹਾ ਬੱਚਾ ਹੋ ਜਾਂਦਾਗਾ ਧਰਮਪ੍ਰੀਤ ਦੀ ਵਾਈਫ ਦੀ ਸਾਡੇ ਨਾਲ ਬਿਲਕੁਲ ਨਹੀਂ ਬਣੀ ਇੱਕ ਦਿਨ ਵੀ ਜਾਨੀ ਕਿ ਵੀ ਹੱਸ ਖੇਡ ਕੇ ਸੀ ਬੈਠੇ ਨਹੀਂ ਪਤਾ ਨਹੀਂ ਕਿਹੇ ਜੀ ਕਰਮਾਂ ਚ ਰੱਖੀ ਵੀ ਸੀ ਜੋ ਜਾਂਦੀ ਆ ਆਪਦੀ ਮਾਂ ਨੂੰ ਖਾ ਗਈ ਜਦੋਂ ਜਨਮੀ ਸੀ ਉਹ ਉਹਦੀ ਮਾਂ ਦੀ ਡੈਥ ਹੋ ਗਈ ਸੀ ਅਸੀਂ ਤਾਂ ਉਹ ਜੀ ਔਰਤ ਨੂੰ ਚੰਗਾ ਹੀ ਨਹੀਂ ਸਮਝਦੇ ਜਿਹਨੇ ਆਪਦਾ ਇਹ ਜਿਹਾ ਸੋਨੇ ਵਰਗਾ ਘਰ ਆਲਾ ਮਾਰਤਾ ਠੀਕ ਹੈ ਨਾ ਕਿਉਂਕਿ ਕੁਝ ਕੁ ਗਲਤੀਆਂ ਇਨਸਾਨ ਤੋਂ ਹੁੰਦੀਆਂ ਤੇ ਉਹਨਾਂ ਤੇ ਪੜਦਾ ਵੀ ਪਾਇਆ ਜਾ ਸਕਦਾ ਪਰ ਉਹ ਥੋੜੀ ਜਿਹੀ ਲੜਾਈ ਦੇ ਕਾਰਨ ਉਹਨੇ ਰੱਸੀ ਨੂੰ ਇੰਨਾ ਖਿੱਚੀ ਗਈ ਖਿੱਚੀ ਗਈ ਗੱਲ ਨੂੰ ਕਿ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਤਾ ਠੀਕ ਹੈ ਬਾਈ ਜੀ ਨੇ ਇੱਕ ਬੱਚੀ ਨੂੰ ਇੱਥੋਂ ਲਿਜਾ ਕੇ ਰੱਖਿਆ ਸੀ ਆਪਦੇ ਕੋਲ ਉਹ ਰੋਟੀ ਰੱਟੀ ਲਾ ਕੇ ਦਿੰਦੀ ਸੀ ਜਗਜੀਤ ਕੌਰ ਹੁਣ ਹਾਂਗਕਾਂਗ ਚ ਅੱਜਕੱਲ੍ਹ ਅਸਮੀ ਭੇਜਿਆ ਉਹਨਾਂ ਨੂੰ ਤੇ ਉਹਨਾਂ ਨੂੰ ਵੀ ਉਹ ਜਦੋਂ ਬਾਹਰੋਂ ਆਏ ਮਿਲਣ ਗਏ ਬੱਚੇ ਨੂੰ ਵੀ ਮਿਲ ਕੇ ਆਉਣੇ ਆ ਉਹਨਾਂ ਨੂੰ ਵੀ ਬੱਚੇ ਨੂੰ ਮਿਲਣ ਨਹੀਂ ਦਿੱਤਾ ਜਾ ਗਿਆ ਵੀ ਨਹੀਂ ਮਿਲਣਾ ਨਹੀਂ ਬਾਹਰ ਨਹੀਂ ਖੋਲਿਆ ਕੋਠੀ ਤੇ ਕਬਜ਼ਾ ਸਾਰੀ ਗੱਡੀ ਜੋ ਜਾਇਦਾਦ ਬਾਈ ਦੀ ਉੱਥੇ ਪ੍ਰਾਪਰਟੀ ਸੀ ਅਸੀਂ ਇੱਕ ਵੀ ਪੈਸੇ ਦਾ ਉੱਥੋਂ ਕੋਈ ਵੀ ਚੀਜ਼ ਨਹੀਂ ਲੈਂਦੀ ਜਿੰਨਾ ਸੋਨਾ ਸੀ ਬਾਈ ਦੇ ਘਟੂ ਘਟ ਅੱਧਾ ਕਿਲੋ ਦੇ ਨੇੜੇ ਸੋਨਾ ਸੀਗਾ ਸਾਰਾ ਕੁਝ ਰੱਖਣ ਦੇ ਬਾਵਜੂਦ ਵੀ ਮੇਰੀ ਮਾਤਾ ਨੂੰ ਵੀ ਉੱਥੇ ਰੱਖ ਕੇ ਹੁਣ ਖੁਸ਼ ਨਹੀਂ ਜਾਨੀ ਕਿ ਸਾਡੇ ਨਾਲ ਨਾਤਾ ਰੱਖ ਕੇ ਉਹ ਖੁਸ਼ ਵੀ ਨਹੀਂ ਬਿਲਕੁਲ ਉਹ ਜਿਵੇਂ ਮੰਨ ਲਓ ਵੀ ਉਹਨਾਂ ਨੇ ਪੈਸੇ ਦੀ ਖਾਤਰ ਵਿਆਹ ਕਰਾਇਆ ਸੀ ਨਹੀਂ ਜਾਣਦੇ ਅਸੀਂ ਤਾਂ ਇਹੀ ਸੋਚਦੇ ਆਂ ਵੀ ਲਟੇਰੇ ਆ ਪੈਸੇ ਦੀ ਖਾਤਰ ਉਹਨਾਂ ਨੇ ਵਿਆਹ ਕਰਾਇਆ ਸਾਰਾ ਕੁਝ ਲੁੱਟ-ਬੁੱਟ ਕੇ ਸਾਡੀ ਮਾਤਾ ਦਾ ਹੀ ਖਿਆਲ ਨਹੀਂ ਰੱਖਿਆ ਅਸੀਂ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਨਾ ਹੀ ਅਸੀਂ ਉਹਨਾਂ ਨਾਲ ਕੋਈ ਸਲਿਕਾ ਰੱਖਣਾ ਚਾਹੁੰਦੇ ਆਂ ਪਹਿਲਾਂ ਉਹਨਾਂ ਨੇ ਝੂਠੀ ਵਸੀਤ ਬਣਾਈ ਠੀਕ ਆ ਝੂਠੀ ਵਸੀਤ ਜਦੋਂ ਅਸੀਂ ਕੇਸ ਕਰਤਾ ਪਠੰਡੇ ਤਾਂ ਕੁਝ ਕਰੇ ਸਤੀਰਾਂ ਨੂੰ ਲੈ ਕੇ ਜਾਂ ਕੁਝ ਕੋ ਮੰਨ ਲੋ ਉਹਨਾਂ ਦੇ ਨਾਲ ਸਰਕਾਰੀ ਅਫਸਰ ਰਲੇ ਵੀ ਸੀਗੇ ਉਹਨਾਂ ਨੇ ਰਲ ਕੇ ਉਹਨਾਂ ਦੇ ਨਾਂ ਪੰਜ ਕਿੱਲੇ ਪੈਲੀ ਵੀ ਕਰਵਾਤੀ ਜੋ ਕਿ ਮੇਰੀ ਮਾਤਾ ਦੇ ਨਾਂ ਹਜੇ ਇੱਕ ਵੀ ਸਿਆੜ ਨਹੀਂ ਕਰਵਾਇਆ ਠੀਕ ਆ ਸਾਨੂੰ ਕੋਈ ਝਾਕ ਵੀ ਨਹੀਂ ਠੀਕ ਆ ਅਸੀਂ ਕਹਿੰਦੇ ਚਲ ਮਾਤਾ ਦਾ ਹੱਕ ਮਿਲ ਜਾਂਦਾ ਸਾਡਾ ਕੋਈ ਹੱਕ ਨਹੀਂ ਸੀ ਭਰਾਵਾਂ ਦਾ ਉਹਦੀ ਜਾਇਦਾਦ ਤੇ ਜਿੰਨੀ ਜਾਇਦਾਦ ਸੀ ਉਹਦੀ ਸੀਗੀ ਪਰ ਮਾਤਾ ਦਾ ਹੱਕ ਸੀ ਮਾਤਾ ਨੂੰ ਵੀ ਮਾਤਾ ਦਾ ਹੱਕ ਨਹੀਂ ਦਿੱਤਾ ਗਿਆ ਜੋ ਬੀਮੇ ਦੇ ਪੈਸੇ ਮਿਲੇ ਜੋ ਸਾਰਾ ਕੁਝ ਉਹਨਾਂ ਨੇ ਹੜੱਪ ਲਿਆ ਠੀਕ ਆ ਬਾਲੀਆਂ ਤੁਸੀਂ ਜਾ ਕੇ ਪੁੱਛ ਲਵੋ ਕਿਸੇ ਤੋਂ ਵੀ ਠੀਕ ਆ ਜੋ ਦਾ ਸਹੁਰਾ ਪਰਿਵਾਰ ਆ ਉਹ ਪਹਿਲਾਂ ਉਹਨਾਂ ਦੇ ਕੀ ਹਾਲਾਤ ਸੀ ਅੱਜ ਉਹਨਾਂ ਦੇ ਕੀ ਹਾਲਾਤ ਆ ਬਾਈ ਜੀ ਨੇ ਮੈਨੂੰ ਬਾਹਰ ਨਹੀਂ ਕੱਲਿਆ ਆਪਦੇ ਪਹਿਲਾਂ ਸਾਲਿਆਂ ਨੂੰ ਕੱਲਿਆ ਵੀ ਚਲੋ ਸੈਟਲ ਹੋ ਜਾਣ ਠੀਕ ਆ ਉਹਨਾਂ ਨੂੰ ਸੈਟਲ ਕਰਨ ਦੇ ਬਾਵਜੂਦ ਵੀ ਉਹਨੂੰ ਉੱਥੋਂ ਪੂਰਾ ਖੁਸ਼ੀ ਨਹੀਂ ਮਿਲੀ ਪੂਰਾ ਪਿਆਰ ਨਹੀਂ ਰੱਖਿਆ ਉਹਨਾਂ ਨੇ ਠੀਕ ਆ ਹੁਣ ਵੀ ਠੇਕਾ ਲੈਂਦੇ ਆ ਇੱਥੋਂ ਫੋਨ ਤੇ ਹੀ ਹੁਣ ਤਾਂ ਉਹ ਹੋ ਜਾਂਦੀ ਐ ਵੀ ਇੱਧਰ ਟਰਾਂਸਫਰ ਕਰ ਦਿੰਦੇ ਆ ਕਾਪੀ ਰਹੀ ਪੈਸੇ ਬਸ ਉਹਨਾਂ ਨੂੰ ਪੈਸੇ ਚਾਹੀਦੇ ਆ ਪੈਸੇ ਮਿਲ ਜਾਂਦੀ ਆ ਉਹ ਖੋਸਾ ਸਾਡੇ ਨਾਲ ਕੋਈ ਹੋਰ ਰੱਖ ਕੇ ਜਣੇ ਕਿ ਤਾਲੂਕਾ ਤਾਂ ਨਹੀਂ ਰੱਖਦੇ ਤੇ ਨਾ ਹੀ ਅਸੀਂ ਰੱਖਣਾ ਚਾਹੁੰਦੇ ਆ ਹਾਂਜੀ ਮਾਤਾ ਜੀ ਤਾਂ ਬਹੁਤ ਵੱਡੇ ਸਦਮੇ 'ਚ ਆ ਮਾਤਾ ਜੀ ਪੂਰੀ ਖੁੱਲ ਕੇ ਗੱਲ ਨਹੀਂ ਕਰ ਰਹੇ ਤੁਸੀਂ ਗੱਲ ਕਰ ਰਹੇ ਹੋ ਔਰ ਸਭ ਤੋਂ ਵੱਡਾ ਕਾਰਨ ਕੀ ਮੰਨਦੇ ਹੋ ਖੁਦਕੁਸ਼ੀ ਕਰਨਾ ਇੱਕ ਬਹੁਤ ਤੋਂ ਵੱਡਾ ਜ਼ਿੰਦਗੀ ਦਾ ਆਖਰੀ ਫੈਸਲਾ ਹੁੰਦਾ ਹੈ ਉਹ ਕੀ ਕਾਰਨ ਕੀ ਹੋ ਸਕਦਾ ਉਹੀ ਉਹਨਾਂ ਦੇ ਸਾਲੇ ਦੇ ਛੋਟੇ ਸਾਲੇ ਦੀ ਮੈਰਿਜ ਦੇ ਵਿੱਚ ਬਾਈ ਜੀ ਨੇ ਖਰਚਾ ਕਰਕੇ ਮੈਰਿਜ ਕੀਤੀ ਸੀ ਬਾਈ ਜੀ ਨੇ ਕੋਈ ਚੀਜ਼ ਕਮੀ ਹੋ ਜਾਂਦੀ ਹੈ ਮਿਸ ਅੰਡਰਸਟੈਂਡਿੰਗ ਕੋਈ ਚੀਜ਼ ਹੈ ਨਹੀਂ ਸੀ ਬਾਈ ਜੀ ਨੇ ਕਹਿਤਾ ਵੀ ਤੁਸੀਂ ਸਾਰੀ ਚੀਜ਼ ਲਿਆ ਕੇ ਰੱਖਣੀ ਸੀਗੀ ਜਦੋਂ ਪੈਸੇ ਮੈਂ ਦੇਣੇ ਸੀ ਤੇ ਇਸ ਗੱਲ ਪਿੱਛੇ ਮਾੜਾ ਮੋਟਾ ਕੁਝ ਬੋਲ ਦਿੱਤਾ ਚਲ ਸੌਰੇ ਸੀ ਬੋਲ ਵੀ ਸਕਦਾ ਬੰਦਾ ਸੌਰੇ ਘਰ ਜਾਨੀ ਕਿ ਕਹਦੀ ਜਿੰਨਾ ਜ਼ੋਰ ਹੁੰਦਾਗਾ ਪਰੋਹਣੇ ਦਾ ਉਹਨਾਂ ਕਿਸੇ ਦਾ ਨਹੀਂ ਹੁੰਦਾ ਇੰਨੀ ਗੱਲ ਪਿੱਛੇ ਹੀ ਬਸ ਭਾਬੀ ਜੀ ਕਹੀ ਗਏ ਤੂੰ ਗਲਤੀ ਕੀਤੀ ਆ ਮੇਰੀ ਬੇਇੱਜ਼ਤੀ ਕੀਤੀ ਆ ਮੇਰੇ ਪਰਿਵਾਰ ਨੂੰ ਐ ਬੋਲੇ ਆ ਤੁਸੀਂ ਗਲਤੀ ਮੰਨੋ ਉਹਨਾਂ ਨੇ ਜਦੋਂ ਗਲਤੀ ਵੀ ਮੰਨੀ ਉਹਦੀ ਵੀਡੀਓ ਬਣਾ ਕੇ ਉਹਨਾਂ ਨੇ ਇਸ ਤਰ੍ਹਾਂ ਕਹਿ ਦਿੱਤਾ ਵੀ ਸੋਸ਼ਲ ਮੀਡੀਆ ਦੇ ਉੱਤੇ ਤੇਰੀ ਵੀਡੀਓ ਪਾਵਾਂਗੇ ਤੂੰ ਜੋ ਰਾਤ ਕਾਰਨਾਮੇ ਕੀਤੇ ਆ ਉਹਨਾਂ ਨੇ ਇੰਨੀ ਜਾਨੀ ਕਿ ਸ਼ਰਮਿੰਦਗੀ ਮੰਨੀ ਵੀ ਮੈਂ ਐਡਾ ਵੱਡਾ ਸਿੰਗਰ ਆ ਬਾਹਰ ਗੱਲ ਲੀ ਕੋਟ ਹੋ ਤਾਂ ਪਤਾ ਨਹੀਂ ਕੀ ਹੋਊਗਾ ਉਹ ਅੰਦਰ ਹੀ ਅੰਦਰ ਘੁੱਟਣ ਮਹਿਸੂਸ ਕਰਨ ਲੱਗ ਗਏ ਵੀ ਮੈਂ ਇਸ ਗੱਲ ਨੂੰ ਦਬਾਈ ਰੱਖਾਂ ਦਬਾਈ ਰੱਖਾਂ ਜਿਹਦੇ ਨਾਲ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਗੇ ਤੇ ਉਹਨਾਂ ਨੇ ਡਾਡਾ ਕਦਮ ਚੁੱਕ ਲਿਆ ਲਾਸਟ ਟਾਈਮ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਕਿ ਮੈਂ ਇਸ ਤਰ੍ਹਾਂ ਪਰੇਸ਼ਾਨ ਆ ਜਾਂ ਮੈਂ ਇਸ ਤਰ੍ਹਾਂ ਦਾ ਆਪਣਾ ਜਿਹੜਾ ਜ਼ਿੰਦਗੀ ਖਤਮ ਕਰਨ ਲੱਗਿਆ ਜਾਂ ਜੀਵਨ ਲੀਲਾ ਜਿਹੜੀ ਆਪਣੀ ਸਮਾਪਤ ਕਰਨ ਲੱਗਿਆ ਤੁਹਾਡੇ ਨਾਲ ਫੋਨ ਤੇ ਤਾਲਮੇਲ ਜਾਂ ਇਸ ਤੋਂ ਪਹਿਲਾਂ ਤੁਹਾਡੇ ਕੋਲ ਆਏ ਹੋਣ ਆਪਣਾ ਦੁੱਖ ਦਰਦ ਬਿਆਨ ਕੀਤਾ ਹੋਵੇ ਹਾਂਜੀ ਮੈਂ 1 ਮਹੀਨਾ ਪਹਿਲਾਂ ਉਹ ਆਏ ਸੀ ਇੱਥੇ ਜਾਨੀ ਕਿ ਉਦਾਸ ਚਿਹਰਾ ਲੱਗਿਆ ਮੈਨੂੰ ਮੈਂ ਪੁੱਛਿਆ ਬਾਈ ਜੀ ਉਦਾਸ ਕਿਉਂ ਆ ਤਾਂ ਉਹਨਾਂ ਨੇ ਮੈਨੂੰ ਬਾਹਰ ਲਿਜਾ ਕੇ ਕਿਹਾ ਵੀ ਮੈਂ ਜਿੰਦਰੀ ਯਾਰ ਤੇਰੇ ਨਾਮ ਨਹੀਂ ਕੋਸ਼ ਕਰਾਇਆ ਵੀ ਬਾਣ ਨਹੀਂ ਨਾ ਕਰਾਇਆ ਕਿਉਂਕਿ ਉਹ ਬਾਣ ਦੀ ਕੰਪੈਲ ਕਰ ਰਹੀ ਸੀ ਕਿ ਬਾਣ ਮੇਰੇ ਨਾ ਕਰਾ ਮੇਰੇ ਨਾ ਕਰਾ ਉਹਦੇ ਘਰ ਵਾਲੀ ਉਹਨੂੰ ਇਹੀ ਗੱਲ ਤੇ ਕੰਪੈਲ ਕਰ ਰਹੀ ਸੀ ਕਿ ਬਾਣ ਮੇਰੇ ਨਾ ਕਰਾ ਠੀਕ ਆ ਉਹ ਇਸ ਚੀਜ਼ ਦੇ ਵਿੱਚ ਫਸ ਗਿਆ ਸੀ ਜੇ ਉਹ ਮੇਰੇ ਨਾਲ ਕੁਝ ਕਰਾਉਂਦਾ ਸੀ ਤਾਂ ਉਹ ਘਰ ਲਈ ਉਹ ਜਾਨੀ ਕਿ ਜਾਂਦਾ ਸੀ ਵੀ ਘਰ ਵਾਲੀ ਲੜਦੀ ਸੀ ਠੀਕ ਆ ਥੋੜਾ ਜਿਆ ਨਰਮ ਸੁਭਾਅ ਦਾ ਕਰਕੇ ਉਹ ਦੋਨੇ ਪਾੜਿਆਂ ਚ ਪੀਸੀ ਗਿਆ ਵੀ ਮੈਂ ਇਨਮੁਨਿਕ ਉਸ ਦਿੱਤਾ ਇਹਨੂੰ ਬਾਅਦ ਚ ਵੀ ਨਹੀਂ ਕੁਝ ਮਿਲਣਾ ਤੇ ਹੋਇਆ ਵੀ ਉਹੀ ਮੈਨੂੰ ਕੁਝ ਵੀ ਨਹੀਂ ਮਿਲਿਆ ਨਾ ਮੈਂ ਆਸ ਰੱਖਦਾ ਹੁਣ ਉਹ ਜਾਂ ਤੋਂ ਮੈਂ ਕਿਨ ਉਹਨਾਂ ਦਾ ਢਿੱਡ ਭਰ ਜੇ ਤਾਂ ਬਹੁਤ ਆ ਜੀ ਤਾਂ ਇਹ ਸੀ ਧਰਮਪ੍ਰੀਤ ਦਾ ਪਰਿਵਾਰ ਇਹਨਾਂ ਨੇ ਪੂਰੀ ਦਰ ਦੇ ਦਾਸਤਾਨ ਪੇਸ਼ ਕੀਤੀ ਧਰਮਪ੍ਰੀਤ ਦੇ ਜਿਹੜਾ ਖੁਦਕੁਸ਼ੀ ਦਾ ਅਸਲ ਕਾਰਨ ਕੀ ਸੀ ਸੋ ਬਲਾਸਪੁਰ ਤੋਂ ਮੈਨੂੰ ਤੇ ਮੇਰੇ ਸਹਿਯੋਗੀ ਸ਼ਮਸ਼ੇਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ